अकाल चैनल नू सब्सक्राइब करो, नवी वीडियोस दी नोटिफिकेशन दे ले, बेल आइकन नू क्लिक करना ना भूलना। ਸਤਿ ਸ਼੍ਰੀ ਅਕਾਲ ਸਲਾਮ ਅਰਜ ਸਾਰੇ ਹੀ ਦੇਸ਼ ਵਿਦੇਸ਼ ਦੇ ਦਾਨਸ਼ਵਾਨ ਦਰਸ਼ਕਾਂ ਨੂੰ ਜੋ ਇਸ ਵਕਤ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਨਾਲ ਜੁੜੇ ਨੇ। ਮੈਂ ਤੁਹਾਡਾ ਦੋਸਤ ਪਰਮਿੰਦਰ ਸਿੰਘ ਟਿਵਾਣਾ ਅੱਜ ਦੇ ਇਸ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਵਿੱਚ ਤੁਹਾਡੇ ਸਾਹਮਣੇ ਬੈਠੇ ਮਹਿਮਾਨਾਂ ਦਾ ਸਵਾਗਤ ਦੇ ਨਾਲ ਨਾਲ ਜਾਣ ਪਹਿਚਾਣ ਮੈਂ ਕਰਵਾ ਦਿਆਂ। ਮੇਰੇ ਬਿਲਕੁਲ ਨਾਲ ਬੈਠੇ ਨੇ ਸਰਦਾਰ ਬਲਵਿੰਦਰ ਸਿੰਘ ਜਾਤੀਵਾਲ। ਸਤਿ ਸ਼੍ਰੀ ਅਕਾਲ ਜੀ ਗੁਰਫਤਿਹ। ਸਤਿ ਸ਼੍ਰੀ ਅਕਾਲ ਜੀ ਸਾਹਿਬ। ਬਲਵਿੰਦਰ ਸਿੰਘ ਜਾਤੀਵਾਲ ਸਾਹਿਬ ਵੇਰਕਾ ਮਿਲਕ ਫੈਡ ਤੋਂ ਉੱਚ ਅਧਿਕਾਰੀ ਦੇ ਤੌਰ 'ਤੇ ਰਿਟਾਇਰ ਹੋਏ ਨੇ। ਜਿਸ ਤਰ੍ਹਾਂ ਦੁੱਧ ਚਿੱਟਾ ਸਫੈਦ ਹੁੰਦਾ, ਇਸੇ ਤਰ੍ਹਾਂ ਇਹ ਆਪਣੀ ਜੌਬ ਦੇ ਵਿੱਚ ਵੀ ਅੱਜ ਕੱਲ੍ਹ ਦੇ ਹਾਲਾਤਾਂ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨਾਲ ਪਹਿਰਾਵਾ ਵੀ ਚਿੱਟਾ ਪਹਿਨਿਆ, ਬਹੁਤ ਮੁਸ਼ਕਿਲ ਹੈਗਾ ਸਰਕਾਰੀ ਜੌਬ ਦੇ ਵਿੱਚੋਂ ਉੱਚ ਅਧਿਕਾਰੀ ਦੇ ਤੌਰ 'ਤੇ ਆਪਣਾ ਚਿੱਟਾ ਦਾਮਨ ਲੈ ਕੇ ਸੇਵਾ ਮੁਕਤ ਹੋਣਾ ਬਹੁਤ ਵੱਡੀ ਆਪਣੇ ਆਪ 'ਚ ਪ੍ਰਾਪਤੀ ਹੈ। ਸੋ ਇਹ ਵਧਾਈ ਦੇ ਹੱਕਦਾਰ ਨੇ। ਖਾਸ ਕਰਕੇ ਸਿੱਖ ਫਲਸਫੇ ਦੇ ਨਾਲ, ਸਿੱਖ ਬੁੱਧੀਜੀਵੀ ਬੌਧਿਕ ਸੋਚ ਦੇ ਨਾਲ ਇਹਨਾਂ ਦਾ ਬੜੀ ਦੇਰ ਤੋਂ ਵਾਸਤਾ ਹੈ। ਸੂਰਤ ਅਤੇ ਸੀਰਤ ਤੁਹਾਡੇ ਸਾਹਮਣੇ ਹੈ। ਆਪਣੇ ਦੂਸਰੇ ਮੌਜੂਦ ਮਹਿਮਾਨ ਪੰਜਾਬੀ ਜ਼ੁਬਾਨ ਦੇ ਪੌਦੀ ਖਿੱਤੇ ਦੀ ਰੂਹੇ ਰਵਾਂ ਦੇ ਇਸ ਦੇ ਵਾਸਤੇ ਬਹੁਤ ਵੱਡਾ ਕੰਮ ਕਰਨ ਵਾਲੀ ਸ਼ਖਸੀਅਤ, ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਲੇਖਕ ਸਾਹਿਬ ਗੁਰਨਾਮ ਸਿੰਘ ਅਕੀਦਾ ਸਾਹਿਬ, ਸਵਾਗਤ ਹੈ ਆਪ ਜੀ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਕੁਝ ਸਾਰੇ ਵਿਸ਼ਿਆਂ 'ਤੇ ਆਪਾਂ ਗੱਲਬਾਤ ਕਰ ਰਹੀ ਹਾਂ। ਸ਼ੁਰੂਆਤ ਕਰਦੇ ਹਾਂ ਆਪਾਂ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣ ਸਿਰ 'ਤੇ ਆ, ਇਸ ਤਰ੍ਹਾਂ ਵੋਟਾਂ ਬਟੋਰਨ ਦੇ ਲਈ ਕੀ ਕੁਛ ਪੋਲੀਟੀਕਲ ਪਾਰਟੀਆਂ ਦੇ ਵਿੱਚ ਹੋ ਰਿਹਾ? ਪੰਜਾਬ ਤੋਂ ਸ਼ੁਰੂਆਤ ਕਰਾਂਗੇ। ਪੰਜਾਬ ਦੇ ਵਿੱਚ ਅਕਾਲੀ ਵਜ਼ਾਰਤ ਦੇ ਵਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ, ਗੋਲੀਕਾਂਡ, ਉਸ ਤੋਂ ਬਾਅਦ ਉਸ ਦੀ ਜਾਂਚ ਵਾਸਤੇ ਬਣਾਇਆ ਗਿਆ ਕਮਿਸ਼ਨ, ਜਿਸ ਦੇ ਵਿੱਚ ਕਮਿਸ਼ਨ ਦੇ ਮੈਂਬਰ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਅਕਾਲੀ ਦਲ BJP ਵੱਲੋਂ ਕਰਵਾ ਦਿੱਤਾ ਗਿਆ। SIT ਤੋਂ, ਜਾਂਚ ਟੀਮ ਤੋਂ ਉਹਨਾਂ ਨੂੰ ਲਾਂਭੇ ਕਰਾ ਦਿੱਤਾ ਗਿਆ। ਇਸ ਨੂੰ ਲੈ ਕੇ ਸਿੱਖਾਂ ਦਾ ਜਿਹੜਾ ਵਰਗ ਹੈ ਉਹ ਇਸ ਨੂੰ ਅਕਾਲੀ ਦਲ ਦੀ ਇੱਕ ਵੱਡੀ ਸਿਆਸੀ ਤਿਕੜਮਬਾਜ਼ੀ ਸਮਝਦਾ ਹੋਇਆ ਉਸ ਦੇ ਖਿਲਾਫ ਪ੍ਰਗਾੜੀ ਦੇ ਵਿੱਚ ਜਿਹੜੇ ਨੇ ਇਨਸਾਫ ਮਾਰਚ ਵੀ ਕੀਤੇ ਜਾ ਰਹੇ ਨੇ। ਅਕਾਲੀ ਦਲ BJP ਤੋਂ ਬਿਨਾਂ ਸਾਰੀਆਂ ਹੀ ਪਾਰਟੀਆਂ ਸਮੇਤ ਕਾਂਗਰਸ ਇਸ ਤਬਾਦਲੇ ਦਾ ਵਿਰੋਧ ਕਰ ਰਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਉਸ ਟੀਮ ਤੋਂ ਲਾਂਭੇ ਕਰਕੇ ਕਿਤੇ ਨਾ ਕਿਤੇ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਅਕਾਲੀ ਦਲ ਨੇ ਕੀਤੀ ਹੈ। ਚੋਣ ਕਮਿਸ਼ਨ ਇੰਡੀਆ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉੱਠੇ ਨੇ। ਸਰ ਜਾਤੀਵਾਲ ਸਾਹਿਬ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਜੋ ਇਸ ਸਿੱਟ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਹੋਇਆ? ਜੀ, ਅਕਾਲ ਤਖ਼ ਅਕਾਲ ਚੈਨਲ ਦੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੇ ਇਹ ਸਾਰੇ ਘਟਨਾਕ੍ਰਮ ਦੇ ਪਿੱਛੇ ਜਿਹੜਾ ਆਪਣਾ ਚੋਣ ਕਮਿਸ਼ਨ ਹੈ ਉਹਦੀ ਕਾਰਗੁਜ਼ਾਰੀ 'ਤੇ ਇੱਕ ਕੁਐਸਚਨ, ਇੱਕ ਮਾਰਕ ਪੈਦਾ ਹੁੰਦਾ ਹੈ ਜੀ। ਕਿਉਂਕਿ ਹੋਰ ਬਹੁਤ ਇਹੋ ਜਿਹੀਆਂ ਘਟਨਾਵਾਂ ਹੋਈਆਂ ਜੀ, ਜਿਵੇਂ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਭਾਰਤੀ ਸੈਨਾ ਨੂੰ ਮੋਦੀ ਸੈਨਾ ਕਹਿਣਾ, ਅਤੇ ਹੋਰ ਬਹੁਤ ਕੁਝ ਇਹੋ ਜਿਹਾ ਕਿਹਾ ਗਿਆ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਵੱਲੋਂ। ਅਤੇ ਇਹਦੇ 'ਤੇ ਟਿੱਪਣੀ ਕਰਦੇ ਹੋਏ ਥਲ ਸੈਨਾ ਦੇ ਸਾਬਕਾ ਮੁਖੀ VK ਸਿੰਘ ਨੇ ਇੱਕ ਟਿੱਪਣੀ ਕੀਤੀ ਸੀ ਵੀ ਜਿਹੜਾ ਕੋਈ ਇਸ ਤਰ੍ਹਾਂ ਦੀ ਸਾਡੀ ਭਾਰਤੀ ਸੈਨਾ 'ਤੇ ਟਿੱਪਣੀ ਕਰਦਾ ਉਹਦੇ 'ਤੇ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਕੀਤਾ ਜਾ ਸਕਦਾ। ਪਰ ਉਸ 'ਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਇਸ ਘਟਨਾ ਨੂੰ ਬਹੁਤ ਉਭਾਰ ਕੇ ਜਾਣ ਬੁੱਝ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ, ਜੋ ਕਿ ਇਸ ਟੀਮ ਦੇ ਬਹੁਤ ਹੀ ਮਹੱਤਵਪੂਰਨ ਮੈਂਬਰ ਸਨ। ਅਤੇ ਜਾਪਦਾ ਇਹ ਹੈ ਵੀ ਇਸ ਨੂੰ ਜਿਹੜੀ ਘਟਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ, ਇਹ ਇਸ ਨੂੰ ਲਿਹੋਂ ਲਾਉਣ ਵਾਸਤੇ ਸਾਰਾ ਕੁਝ ਕੀਤਾ ਗਿਆ ਤਾਂ ਕਿ ਅਕਾਲੀ ਦਲ ਨੂੰ ਇੱਕ ਸ਼ੈਲਟਰ ਦਿੱਤੀ ਜਾ ਸਕੇ ਜੀ। ਦੂਜੀ, ਮੈਂ ਇਹਦੇ ਵਿੱਚ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ, ਜੋ ਧਿਰਾਂ ਧਰਨੇ ਲਾ ਰਹੀਆਂ ਨੇ ਜਾਂ ਹੋਰ ਤਰ੍ਹਾਂ ਵਿਰੋਧ ਕਰਨ ਜਾ ਰਹੀਆਂ ਨੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਵਿਚਾਰਕ ਧਾਰ ਤੌਰ 'ਤੇ ਆਪਣੀ ਜਿਹੜੀ ਲਹਿਰ ਹੈ ਸਾਰੇ ਪੰਜਾਬ 'ਚ ਪੈਦਾ ਕਰਨ ਅਤੇ ਦੱਸਣ, ਇਹਨਾਂ ਘਟਨਾਵਾਂ ਦਾ ਪੂਰਾ ਤਰਤੀਬਵਾਰ ਵੇਰਗਾ ਦੱਸਣ। ਅਤੇ ਇਸ ਸੰਬੰਧ ਦੇ ਵਿੱਚ ਪੰਥਕ ਅਸੈਂਬਲੀ ਅੰਮ੍ਰਿਤਸਰ ਨੇ ਇੱਕ ਕਿਤਾਬਚਾ ਜਾਰੀ ਕੀਤਾ, ਵਾਈਟ ਪੇਪਰ। ਹਾਂ ਬਿਲਕੁਲ, ਹਾਂਜੀ, ਉਹ ਵਾਈਟ ਪੇਪਰ ਜਿਹੜਾ ਹੈ ਉਹ ਇਹਨਾਂ ਘਟਨਾਵਾਂ 'ਤੇ ਬਹੁਤ ਹੀ ਸਿਲਸਿਲੇਵਾਰ ਚਾਨਣ ਪਾਉਂਦਾ ਅਤੇ ਸੱਚਾਈ ਦੱਸਦਾ ਜੀ। ਸੋ ਇਹ ਜਿਹੜਾ ਵਾਈਟ ਪੇਪਰ ਹੈ ਹਰ
ਦਾਨ ਸੰਬੰਧ ਦੇ ਘਰ ਹਰ ਮਾਨਵਤਾ ਨੂੰ ਮੰਨਣ ਵਾਲੇ ਇਨਸਾਨ ਦੇ ਘਰ ਪਹੁੰਚਣਾ ਚਾਹੀਦਾ ਤਾਂ ਕਿ ਸੱਚਾਈ ਪਤਾ ਲੱਗ ਸਕੇ ਜੀ। ਪੱਤਰਕਾਰ ਜਸਪਾਲ ਸਿੰਘ ਸਿੱਧੂ ਅਤੇ IAS ਅਧਿਕਾਰੀ ਰਹੇ ਸਾ ਗੁਰਤੇਜ ਸਿੰਘ ਹੋਰਾਂ ਨੇ ਇਸ ਨੂੰ ਤਿਆਰ ਕੀਤਾ ਹੈ। ਕਦੋਂ ਕੁ ਜੇ ਇਹ ਉਹਨਾਂ ਨੇ ਲਿਆਂਦਾ, ਤੁਸੀਂ ਵੀ ਮੇਰੇ ਖਿਆਲ 20-25 ਹਜ਼ਾਰ ਕਾਪੀਆਂ ਆਪਣੇ ਕੋਲੋਂ ਛਪਵਾ ਕੇ ਨਿੱਜੀ ਤੌਰ 'ਤੇ ਵੰਡ ਰਹੇ ਹੋ, ਇਹ ਕੀ ਮਨਸ਼ਾ ਅਤੇ ਮੰਤਵ ਹੈ ਇਸਦਾ? ਇਸ ਦੇ ਵਿੱਚ ਜਿਸ ਤਰ੍ਹਾਂ ਸਾਰੀਆਂ ਘਟਨਾਵਾਂ ਨੇ ਕਾਫ਼ੀ ਇਸ ਦੇ ਵਿੱਚ ਡਿਟੇਲ ਹੈ, ਇਸ ਤੋਂ ਬਾਅਦ ਪਹਿਲਾਂ ਕਿ ਮੈਂ ਕੀਤਾ ਸਾਹਿਬ ਵੱਲ ਜਾਵਾਂ, ਇਸ ਦਾ ਕੀ ਮਨਸ਼ਾ ਅਤੇ ਮੰਤਵ ਤੁਸੀਂ ਸਮਝਦੇ ਹੋ? ਕਿਉਂ ਜ਼ਰੂਰਤ ਪਈ ਇਸ ਵਾਈਟ ਪੇਪਰ ਦੀ ਜੀ? ਜ਼ਰੂਰਤ ਪਈ ਕਿਉਂਕਿ ਇਸ ਬਾਰੇ ਬਹੁਤ ਭੰਬਲ ਭੂਸਾ ਪਾਇਆ ਜਾ ਰਿਹਾ ਸੀਗਾ ਅਤੇ ਉਸ ਘਟਨਾ ਦੇ ਉੱਤੋਂ ਪਰਦਾ ਹਟਾਉਣ ਵਾਸਤੇ, ਸਹੀ ਤੱਤ ਸਾਹਮਣੇ ਲਿਆਉਣ ਵਾਸਤੇ ਇਹ ਸਾਰਾ ਯਤਨ ਕੀਤਾ ਗਿਆ ਅਤੇ ਸਰਦਾਰ ਗੁਰਤੇਜ ਸਿੰਘ ਅਤੇ ਸਰਦਾਰ ਜਸਪਾਲ ਸਿੰਘ ਸਿੱਧੂ ਬਹੁਤ ਹੀ ਪੁਰਾਣੇ, ਜੋ ਸਿੱਧੂ ਸਾਹਿਬ ਬਹੁਤ ਪੁਰਾਣੇ ਪੱਤਰਕਾਰ ਨੇ, ਉਹਨਾਂ ਨੇ ਇਹ ਸਾਰਾ ਕੁਝ ਤਿਆਰ ਕੀਤਾ। ਇਹ ਸਾਰਾ ਹੀ ਜਿਹੜਾ ਹੈਗਾ ਪ੍ਰਮਾਣਿਤ ਹੈ, ਇਹਦੀ ਕਿਸੇ ਤੇ ਤਰ੍ਹਾਂ ਦੀ ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਇਹਦੇ ਵਾਸਤੇ ਉਹ ਵਿਚਾਰ ਵਟਾਂਦਰਾ ਕਰ ਸਕਦਾ। ਖਾਸ ਤੌਰ 'ਤੇ ਅਕਾਲੀ ਦਲ ਜਦੋਂ ਵੀ ਜਿੱਥੇ ਚਾਹੇ ਇਸ 'ਤੇ ਕੋਈ ਵਿਚਾਰ ਵਟਾਂਦਰਾ ਕਰ ਸਕਦਾ, ਇਹਨੂੰ ਚੈਲੇਂਜ ਕਰ ਸਕਦਾ। ਸੋ ਇਹਦੀ ਅਸੀਂ 2000 ਕਾਪੀ ਇੱਥੇ ਲੋਕਲ 'ਚ ਪਾਈ ਹੈ। ਪਹਿਲਾਂ ਉਹਨਾਂ ਨੇ ਪੰਥਕ ਅਸੈਂਬਲੀ ਵੱਲੋਂ ਚੰਡੀਗੜ੍ਹ ਵਿਖੇ ਉਹਨਾਂ ਨੇ ਛਪਾਈਆਂ ਸੀ ਕਾਪੀਆਂ ਅਤੇ ਪ੍ਰੈਸ ਕਾਨਫਰੰਸ ਕੀਤੀ ਸੀ ਜਲੰਧਰ ਦੇ ਵਿੱਚ। ਸੋ ਹੁਣ ਇਹ ਜੋ ਕਿਤਾਬਚਾ ਹੈ, ਜੋ ਇੱਕ ਡਾਕੂਮੈਂਟ ਹੈ, ਇਹ ਬਹੁਤ ਹੀ ਘਟਨਾਵਾਂ, ਇਹ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ, ਕਿਸ ਤਰ੍ਹਾਂ ਯੋਜਨਾ ਬਣਾਈ ਗਈ, ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਵੀਡ ਚੋਰੀ ਕੀਤੀ ਗਈ ਅਤੇ ਕਿਸ ਤਰ੍ਹਾਂ ਉੱਥੇ ਗੰਦੀ ਭਾਸ਼ਾ ਦੇ ਵਿੱਚ ਇਸ਼ਤਿਹਾਰ ਲਾਏ ਗਏ ਅਤੇ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਬੜੀ ਸ਼ਾਂਤਮਈ ਸੰਗਤਾਂ ਨੂੰ ਕੋਟਪੂਰਾ ਚੌਂਕ ਅਤੇ ਬਹਿਬਲ ਕਲਾ ਕਾਉਂਟ ਕਲਾਂ ਵਿਖੇ ਗੋਲੀਆਂ ਦੀ ਵਿਛਾੜ ਨਾਲ ਉੱਥੇ ਕੋਟਕਪੂਰੇ ਜ਼ਖਮੀ ਕੀਤਾ ਗਿਆ ਅਤੇ ਬਹਿਬਲ ਕਲਾਂ ਵਿੱਚ 2 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਇਹਦੇ 'ਚ ਬਹੁਤ ਚੰਗੀ ਤਰ੍ਹਾਂ ਉਹ ਘਟਨਾਵਾਂ ਦਾ ਵੇਰਵਾ ਅਤੇ ਇਸ ਤੋਂ ਇਲਾਵਾ ਜੋ ਅਧਿਕਾਰੀ ਜ਼ਿੰਮੇਵਾਰ ਨੇ, ਖਾਸ ਤੌਰ 'ਤੇ ਸੁਖਬੀਰ ਸਿੰਘ ਬਾਦਲ ਦਾ ਰੋਲ, ਵੱਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰੋਲ, SGPC ਦਾ ਰੋਲ, ਸਾਰਿਆਂ ਦਾ ਹੀ ਰੋਲ ਬੜਾ ਸਿਲਸਿਲੇਵਾਰ ਦੱਸਿਆ ਗਿਆ। ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਸਾਡੇ 300 ਸਾਲਾਂ ਦੇ ਇਤਿਹਾਸ, 400 ਸਾਲਾਂ ਦੇ ਇਤਿਹਾਸ ਵਿੱਚ ਕਦੇ ਵੀ ਕਿਸੇ ਹੁਕਮਨਾਮੇ ਦੀ ਪਾਲਣਾ ਹਿੱਤ ਕਦੇ ਇਸ਼ਤਿਹਾਰ ਜਾਰੀ ਨਹੀਂ ਕੀਤਾ। ਪਰ ਤੁਸੀਂ ਬੜੇ ਹੈਰਾਨ ਹੋਵੋਗੇ ਕਿ ਇਸ ਹੁਕਮਨਾਮੇ ਦੀ ਪਾਲਣਾ ਹਿੱਤ ਸੰਗਤਾਂ ਨੂੰ ਬੇਨਤੀ ਕਰਨ ਵਾਸਤੇ 92 ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ, ਜਿਹੜਾ ਕਿ ਸੰਗਤਾਂ ਦਾ ਸ਼ਰਧਾ ਨਾਲ ਭੇਟ ਕੀਤਾ ਗਿਆ ਪੈਸਾ ਹੈ ਜੀ। ਜੀ ਅਕੀਦਾ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਇਸ ਕਿਤਾਬਚੇ ਅਤੇ ਇਸ ਵਾਈਟ ਪੇਪਰ 'ਤੇ ਚਰਚਾ ਕਰੀਏ, ਮੈਂ ਜਾਣਨਾ ਚਾਹਾਂਗਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਪਿੱਛੇ ਜੇ ਖੁਦ ਵੀ ਜਿਹੜੀ ਕਿਤਾਬ ਮੇਰੇ ਖਿਆਲ ਕਬੀਰ ਸਾਹਿਬ ਦੇ ਦੋਹਿਆਂ 'ਤੇ ਲਿਖੀ ਸੀ 2-3 ਸਾਲ ਪਹਿਲਾਂ, ਅਤੇ ਬਤੌਰ ਪੁਲਿਸ ਅਧਿਕਾਰੀ, ਬਤੌਰ ਪਰਸਨੈਲਿਟੀ, ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਜਾਂ ਇਸ SIT ਦੇ ਮੈਂਬਰ ਨੂੰ ਕਿੱਦਾਂ ਵੇਖਦੇ ਹੋ? ਕਿਉਂਕਿ ਸਿੱਟ ਦੇ ਮੁਖੀ ਲਾਣੇਦਾਰ ਅਤੇ ਭਾਵੇਂ ਪ੍ਰਬੋਧ ਕੁਮਾਰ ਨੇ, ਪਰ ਮੀਡੀਆ ਦੇ ਵਿੱਚ ਪ੍ਰਬੋਧ ਕੁਮਾਰ ਹੋਰਾਂ ਦਾ ਕੋਈ ਬਹੁਤਾ ਚਰਚਾ ਨਹੀਂ ਆਉਂਦਾ ਮੀਡੀਆ ਦੇ ਵਿੱਚ ਹਮੇਸ਼ਾ, ਕਿ ਕਿਹਨੂੰ ਫੜਿਆ ਜਾ ਸਕਦਾ, ਸਿੱਟ ਕੀ ਕਰ ਰਹੀ ਹੈ। ਉੱਥੇ ਇੱਕ ਬੁਲਾਰੇ ਦੇ ਤੌਰ 'ਤੇ ਜ਼ਿਆਦਾ ਚਰਚਾ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਹੀ ਨੇ, ਜਿਹੜਾ ਅਕਾਲੀਆਂ ਨੂੰ ਅਤੇ ਕਈ ਗੱਲਾਂ ਨੂੰ ਅੱਖੜਦਾ ਵੀ ਹੈ, ਅਤੇ ਦੂਸਰਾ ਇਹਦਾ ਸਿਆਸੀ ਤੌਰ 'ਤੇ ਸਾਰੇ ਹੀ ਕਹੀ ਜਾ ਰਹੇ ਨੇ, ਸਿੱਧੂ ਵੀ ਕਹਿ ਰਿਹਾ, MLA ਤੱਕ, ਹੇਠਲੇ ਵਰਕਰ ਤੱਕ ਵੀ ਜਿਹੜੇ ਲੋਕ ਕਹਿ ਰਹੇ ਨੇ ਕਿ ਬਾਦਲਾਂ ਨੂੰ ਅੰਦਰ ਕਰੋ। ਜੇ ਇੰਨਾ ਰੌਲਾ ਬਾਦਲਾਂ ਦੇ ਖਿਲਾਫ ਪੈ ਰਿਹਾ ਕਿ ਉਹਨਾਂ ਨੂੰ ਅੰਦਰ ਕਰੋ, ਫਿਰ ਕੀ ਲੱਗਦਾ ਕਿ ਸਿੱਟ ਆਪਣੀ ਰਿਪੋਰਟ ਦੇ ਵਿੱਚ ਉਹੀ ਕੁਛ ਲਏਗੀ ਜੋ ਲੋਕ ਕਹਿੰਦੇ ਨੇ ਕਿ ਬਾਦਲਾਂ ਨੂੰ ਅੰਦਰ ਕਰੋ, ਜਾਂ ਉਹ ਵਾਕਈ ਜੋ ਸਹੀ ਹੈ ਉਹ ਪੇਸ਼ ਕਰੇਗੀ ਜੀ? ਟਵਾਣਾ ਸਾਹਿਬ, ਅਸਲ 'ਚ ਗੱਲ ਇੱਦਾਂ ਵੀ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਅਜਿਹੀ ਪਰਸਨੈਲਿਟੀ ਬਣ ਕੇ ਉੱਭਰੀ ਹੈਗੀ ਆ ਸਿੱਟ ਦੇ ਵਿੱਚ, ਜਿਹੜੀ ਕਿ ਪੂਰੇ ਸਿੱਖਾਂ ਦੇ ਵਿੱਚ ਇੱਕ ਨੁਮਾਇੰਦਾ ਬਣ ਗਿਆ, ਉਹ ਪ੍ਰਵਾਨਿਤ ਹੋ ਗਿਆ, ਪ੍ਰਵਾਨਿਤ ਨੁਮਾਇੰਦਾ ਬਣ ਗਿਆ ਵੀ ਉਹ ਬੰਦਾ ਜਿਹੜਾ ਹੈਗਾ ਇੱਕ ਵਧੀਆ ਕਾਰਜਗਾਰੀ ਕਰ ਰਿਹਾ, ਕਿਸੇ ਬਾਦਲ ਤੋਂ ਨਹੀਂ ਡਰ ਰਿਹਾ ਉਹ। ਜਦਕਿ ਸੁਖਬੀਰ ਸਿੰਘ ਬਾਦਲ ਨੇ ਵੀ ਵੱਡੇ ਵੱਡੇ ਬਿਆਨ ਦਿੱਤੇ ਆ ਕਿ ਪੁਲਿਸ ਵਾਲੇ ਧਿਆਨ ਰੱਖਣ, ਜਦੋਂ ਸਾਡੀ ਸਰਕਾਰ ਆ ਗਈ ਤਾਂ ਅਸੀਂ ਛੱਡਾਂਗੇ ਨਹੀਂ ਉਹਨੂੰ, ਉਹਨਾਂ ਦੇ ਪਰਚੇ ਦਰਜ ਕਰਾਂਗੇ। ਪਹਿਲਾਂ ਇੱਕ ਹਫ਼ਤਾ ਕਹਿੰਦਾ ਪਹਿਲਾਂ ਅਸੀਂ ਹਫ਼ਤਾ ਪੂਰਾ ਪਰਚੇ ਦਰਜ ਕਰਦੇ ਲਾਵਾਂਗੇ ਅਸੀਂ, ਇਹ ਸੁਖਬੀਰ ਬਾਦਲ ਦਾ ਬਿਆਨ ਹੈਗਾ। ਪਰਵਾਹ ਨਾ ਕਰਨ ਵਾਲਾ ਕੁੰਵਰ ਵਿਜੇ ਪ੍ਰਤਾਪ ਸਿੰਘ ਕਿਸੇ ਵੀ ਡਰ ਦੇ ਵਿੱਚ ਨਾ ਹੋ ਕੇ ਉਸ ਨੇ ਆਪਣਾ ਸਿੱਟ ਦਾ ਕੰਮ ਕੀਤਾ। ਸਕਲ ਸੂਰਤੋਂ ਉਹ ਸਿੱਖ ਨਹੀਂ ਹੈਗਾ, ਪਰ ਜੇ ਆਪਾਂ ਦੇਖੀਏ ਉਹਨੂੰ ਕਿ ਉਹਦੀ ਜਿਹੜੀ ਕਾਰਗੁਜ਼ਾਰੀ ਆ, ਜੇਕਰ ਉਹ ਸੁਨਾਰੀਆ ਜੇਲ੍ਹ ਦੇ ਵਿੱਚ
ਕੋਟਕਪੂਰਾ ਦੀ ਅਦਾਲਤ ਵੱਲੋਂ ਪ੍ਰਵਾਨਗੀ ਲੈ ਕੇ ਬਾਬੇ ਸਿਰਸੇ ਵਾਲੇ ਰਾਮ ਰਹੀਮ ਨੂੰ ਪੁੱਛਗਿੱਛ ਦੇ ਲਈ ਉਹ ਗਿਆ ਸੀ ਜਾਂਦਾ ਹੈ ਤੇ ਉਹ ਜ਼ਿਲ੍ਹਾ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਇਜਾਜ਼ਤ ਨਹੀਂ ਦਿੰਦੇ ਹਰਿਆਣਾ ਸਰਕਾਰ ਰੋਕ ਦਿੰਦੀ ਹੈ ਸਿੱਧੀ ਗੱਲ ਬੜੀ ਕਮਾਲ ਦੀ ਗੱਲ ਹੈ ਜੇਕਰ ਰਾਮ ਰਹੀਮ ਇਹ ਗੱਲ ਪੁੱਛਗਿੱਛ ਵਿੱਚ ਕਹਿ ਦਿੰਦਾ ਹੈ ਕਿ ਸੁਖਬੀਰ ਬਾਦਲ ਨਾਲ ਮੇਰੀ ਮੀਟਿੰਗ ਹੋਈ ਸੀ ਅਕਸੇ ਨੇ ਕਰਾਈ ਸੀ ਤਾਂ ਇਹਨਾਂ ਚੋਣਾਂ ਦੇ ਵਿੱਚ ਬਹੁਤ ਵੱਡਾ ਫਰਕ ਪਵੇਗਾ ਬਹੁਤ ਵੱਡਾ ਅਸਰ ਚੋਣਾਂ ਵਿੱਚ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ ਇਸੇ ਕਰਕੇ ਰਸਤਾ ਰੋਕਿਆ ਗਿਆ ਇਸ ਨੂੰ ਦੂਜੀ ਗੱਲ ਇਹ ਆ ਵੀ ਚਰਨਜੀਤ ਤੋਂ ਲੈ ਕੇ ਬਰਾੜ ਤੋਂ ਲੈ ਕੇ ਉਮਰਾ ਨੰਗਲ ਤੱਕ ਅਤੇ ਮਨਤਾਰ ਬਰਾੜ ਤੱਕ ਇਹ ਸਾਰਿਆਂ ਤੋਂ ਹੁੰਦੀ ਹੁੰਦੀ ਜਾਂਚ ਹੌਲੀ 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 ਚਰਨਜੀਤ ਸ਼ਰਮਾ ਚਰਨਜੀਤ ਬਾਦਲ ਦੀਆਂ ਪੌੜੀਆਂ ਚੜ੍ਹ ਰਹੀ ਆ ਜੀ ਜਦੋਂ ਬਾਦਲ ਦੀਆਂ ਪੌੜੀਆਂ ਚੜ੍ਹ ਰਹੀ ਆ ਉਹ ਪੌੜੀਆਂ ਚੜ੍ਹਨ ਤੋਂ ਰੋਕਣ ਵਾਸਤੇ ਇਹਨਾਂ ਨੇ ਵੈਸੇ ਤਾਂ ਲੰਮੇ ਸਮੇਂ ਤੋਂ ਸੁਖਬੀਰ ਨੇ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ ਸੀਗਾ ਉਸ ਵੇਲੇ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਖਿਲਾਫ਼ ਬੋਲੇ ਸੀਗੇ ਉਹ ਕੇਸ ਵੀ ਚੱਲ ਰਿਹਾ ਰਣਜੀਤ ਸਿੰਘ ਨੇ ਮਾਨਹਾਨੀ ਦਾ ਕੋਰਟ ਦੇ ਵਿੱਚ ਅਤੇ ਉਹਨਾਂ ਨੇ ਵਿਧਾਨ ਸਭਾ ਵਿੱਚ ਜਿਹੜੀ ਰਿਪੋਰਟ ਜਦੋਂ ਇਹਦੇ ਬਹਿਸ ਹੋਈ ਸੀਗੀ ਬਾਹਰ ਉਹ ਪੰਜ ਪੰਜ ਪੈਸੇ ਦੀਆਂ ਵੇਚੀਆਂ ਸੀਗੀਆਂ ਉਹਦੀਆਂ ਕਾਪੀਆਂ ਜਿਹੜੀ ਰਿਪੋਰਟ ਦੀਆਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀਆਂ ਵਿੱਚ ਉਹ ਵੀ ਇੱਕ ਅਵੱਗਿਆ ਕੀਤੀ ਗਈ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਨੇ ਵਿੱਚ ਉਹਦੇ ਉਹਦੀ ਵੀ ਇੱਕ ਅਵੱਗਿਆ ਵਾਲੀ ਗੱਲ ਸੀਗੀ ਅਤੇ ਉਹ ਕੇਸ ਵਾਲੀ ਗੱਲ ਚੱਲ ਰਹੀ ਹੈ ਹੁਣ ਸੁਖਬੀਰ ਬਾਦਲ ਚੋਣਾਂ ਦੀ ਮੇਰੇ ਖਿਆਲ 'ਚ ਘੱਟ ਜਿਹੜੀ ਭੰਡਾ ਭੰਡਾਰੀ ਹੈ ਕਿੰਨਾ ਕੁ ਭਾਰ ਇੱਕ ਮੋਰਚਾ ਇੱਕ ਦੂਜੀ ਤਿਆਰ ਉਹ ਅਸਲ ਵਿੱਚ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਮਾਫ਼ ਕਰਾਉਣ ਦੀ ਗੱਲ ਸੋਚ ਰਿਹਾ ਵੀ ਸ਼ਾਇਦ ਮੈਂ ਮਾਫ਼ੀ ਹੋ ਜਾਵੇ ਪਰ ਉਹ ਇੱਕ ਮੁੱਠੀ ਚਾਹੇ ਦੂਜੀ ਹੋਰ ਤਿਆਰ ਹੋ ਜਾਂਦੀ ਆ ਲੋਕਾਂ ਵਿੱਚ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਤਬਾਦਲਾ ਕੀਤਾ ਗਿਆ ਇਲੈਕਸ਼ਨ ਕਮਿਸ਼ਨ ਵੱਲੋਂ ਉਹ ਲੋਕਾਂ ਨੂੰ ਪਚ ਰਿਹਾ ਅਤੇ ਧਿਆਨ ਸਿੰਘ ਮੰਡ ਨੇ ਕਿਹਾ ਤਾਂ ਸਾਧਨਾ ਦੇ ਵਿੱਚ ਤੁਸੀਂ ਇਹਦਾ ਤਬਾਦਲਾ ਵਾਪਸ ਲਓ ਨਹੀਂ ਤਾਂ ਜੀ ਆਹ ਬਰਗਾੜੀ ਦੇ ਵਿੱਚ ਕੁਛ ਲੋਕਾਂ ਨੇ ਰੋਸ ਮਾਰਚ ਵੀ ਗੱਲ ਕੀਤਾ ਹੈਗਾ ਜੀ ਯੂਨਾਈਟਿਡ ਸਿੱਖ ਜਿਹੜਾ ਹੈਗਾ ਉਹਨਾਂ ਨੇ ਵੀ ਕਹਿ ਤਾ ਵੀ ਇਹ ਬੜਾ ਖਤਰਨਾਕ ਹੈਗਾ ਉਹਨਾਂ ਨੇ ਅਦਾਲਤ ਤੱਕ ਜਾਣ ਦੀ ਧਮਕੀ ਦਿੱਤੀ ਆ ਵੀ ਇਸ ਮੁੱਦੇ ਨੂੰ ਅਸੀਂ ਹੋਰ ਤਰ੍ਹਾਂ ਵੀ ਲੈ ਕੇ ਜਾਵਾਂਗੇ ਪਰ ਅਕੀਦਾ ਸਾਹਿਬ ਜਿਸ ਤਰ੍ਹਾਂ ਉਮਰਾ ਨੰਗਲ ਆ ਜਾਂ ਹੋਰ ਪੁਲਿਸ ਅਧਿਕਾਰੀ ਨੇ ਆਪਾਂ ਨੂੰ ਪਤਾ ਹੀ ਹੈ ਕਿ ਇੱਕ SHO ਤੋਂ ਲੈ ਕੇ ਹੇਠਲੇ ਪੱਧਰ 'ਤੇ ਚੌਂਕੀ ਇੰਚਾਰਜ ਤੋਂ ਲੈ ਕੇ DGP ਤੱਕ ਜਿਹੜੀ ਸਰਕਾਰ ਆਉਂਦੀ ਆਪਣੇ ਲਾਉਂਦੀ ਹੈ ਪੰਜਾਬ ਪੁਲਿਸ ਦੇ ਵਿੱਚ ਵੀ ਲੌਬੀਆਂ ਨੇ ਜਦੋਂ ਆਮ ਆਦਮੀ ਪਾਰਟੀ ਦੇ ਆਉਣ ਦੀ ਆਸ ਸੀ ਕਈ SSP ਨੇ ਪਹਿਲਾਂ ਹੀ ਪੈਸੇ ਧੱਕਤੇ ਸੀ ਕਿ ਸਾਨੂੰ ਫਲਾਣਾ ਜ਼ਿਲ੍ਹਾ ਦਵਾ ਦਿਓ ਹੁਣ ਉੱਥੇ ਤੁਸੀਂ ਪੁਲਿਸ ਦੀ ਨਿਰਪੱਖਤਾ ਕਿੱਥੇ ਪਾਲਦੇ ਹੋ ਉਮਰਾ ਨੰਗਲ ਉੱਧਰ ਕੰਮ ਕਰਦਾ ਸੀ ਇਹਨਾਂ ਨੇ ਟੁੰਗਤਾ ਇਹਨਾਂ ਵਾਲੇ ਉਹ ਟੁੰਗ ਦੇਣਗੇ ਕੀ ਇਸ ਤਰ੍ਹਾਂ ਦੀਆਂ ਜਾਂਚ ਵਾਕਈ ਜੇ CBI ਨਿਰਪੱਖ ਨਹੀਂ ਉਹ ਪਿੰਜਰੇ ਦਾ ਤੋਤਾ ਫਿਰ ਪੁਲਿਸ ਕੀ ਨਿਰਪੱਖ ਹੈ ਜੀ ਜਦੋਂ ਤੁਸੀਂ ਨਾ ਪੂਰੀ ਟਰਮ ਮੁਤਾਬਕ ਚੱਲ ਰਹੇ ਹੋ ਇੱਕ ਜਾਂਚ ਦਾ ਇੱਕ ਇੱਕ ਸਿਨੈਰੀਓ ਹੁੰਦਾ ਇੱਕ ਪਰਫਾਰਮਾ ਹੁੰਦਾ ਜਾਂਚ ਦਾ ਇੱਕ ਪਰਫਾਰਮਾ ਹੁੰਦਾ ਇਸ ਪਰਫਾਰਮੇ ਦੇ ਵਿੱਚ ਰਹਿ ਕੇ ਜਾਂਚ ਕਰਨੀ ਹੈ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਜਾਂਚ ਕਰਤੀ ਜੀ ਉਹ ਤਾਂ ਜਸਟਿਸ ਹੈ ਸਾਬਕਾ ਜਸਟਿਸ ਤਾਂ ਉਦੋਂ ਉਸ ਨੇ ਜਾਂਚ ਕਰਤੀ ਉਸ ਜਾਂਚ ਦੇ ਉੱਪਰ ਦੁਬਾਰਾ ਜਾਂਚ ਹੋ ਰਹੀ ਹੈ ਸਿੱਟ ਦੁਆਰਾ ਜਾਂਚ ਕਰ ਰਹੀ ਹੈ ਪੁਲਿਸ ਜੋ ਇੱਕ ਪਰਫਾਰਮ ਬਣਿਆ ਵੀ ਹਾਂ ਉਹ ਪਰਫਾਰਮ ਦੇ ਵਿੱਚ ਜੋ ਕੁਛ ਆ ਗਿਆ ਉਹਨਾਂ ਨੇ ਉਹ ਟਰਮ ਬਾਈ ਟਰਮ ਜੇ ਲੋਕਾਂ ਦੀ ਮੰਨੀਏ ਲੋਕਾਂ ਦੀ ਜਾਂ ਸਿਆਸੀ ਗੱਲ ਹੁੰਦੀ ਇੱਕ ਗੱਲ ਪਹਿਲਾਂ ਬਾਦਲ ਨੂੰ ਫੜਦੇ ਹੋ ਇੱਕ ਗੱਲ ਹੋਰ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਆ ਗਈ ਉਹਦੇ ਉੱਪਰ ਦੀ ਇਹਨਾਂ ਨੇ ਜਸਟਿਸ ਰਣਜੀਤ ਸਿੰਘ ਦੀ ਜਿਹੜੀ ਕਿ ਸੰਵਿਧਾਨਕ ਰਿਪੋਰਟ ਹੈ ਕਿ ਜੱਜ ਦੀ ਰਿਪੋਰਟ ਆ ਜੁਡੀਸ਼ਰੀ ਦੀ ਉਹਦੇ ਉੱਪਰ ਕਾਰਵਾਈ ਨਹੀਂ ਕੀਤੀ ਹਾਲਾਂਕਿ ਉਹਨੂੰ ਦਸਤਾਵੇਜ਼ ਬਣਾ ਕੇ ਵਿਧਾਨ ਸਭਾ 'ਚ ਕਾਰਵਾਈ ਜੇ ਚਾਹੁੰਦੇ ਕੈਪਟਨ ਸਾਹਿਬ ਕਰ ਸਕਦੇ ਪਰ ਉਹ ਵੀ ਟਾਲਦੇ ਆ ਉਹ ਵੀ ਵੇਖਦੇ ਆ ਕਿ 2019 'ਚ ਸਰਕਾਰ ਬਦਲੇ ਤਾਂ ਜੋ ਕੈਪਟਨ ਸਾਹਿਬ ਦੇ ਆਪਣੇ ਜਿਹੜੇ ਕੇਸ ਉਹਨਾਂ ਦੀ ਜਿਹੜੀ ਵੇਲਣੇ 'ਚ ਬਾਂਹ ਆਈ ਹੋਈ ਹੈ ਦਿੱਲੀ ਸਰਕਾਰ ਦੇ ਅਧੀਨ ਉਹ ਵੀ ਬਚਣਾ ਚਾਹੁੰਦੇ ਨੇ ਉਹਨਾਂ ਨੇ ਟਾਈਮ ਟਪਾਉਂਦਿਆਂ ਜਿਹੜਾ ਹੈਗਾ ਹੁਣ ਇਹ ਪੁਲਿਸ ਜਾਂਚ ਬਿਠਾ ਦਿੱਤੀ ਕਿ ਜੁਡੀਸ਼ਰੀ ਜਾਂਚ ਜਿਹੜੀ ਜਸਟਿਸ ਜੋਰਾ ਸਿੰਘ ਨੇ ਕੀਤੀ ਜਸਟਿਸ ਰਣਜੀਤ ਸਿੰਘ ਨੇ ਕੀਤੀ ਕੀ ਪੁਲਿਸ ਜਾਂਚ ਉਹਦੇ ਦੇ ਉੱਪਰ ਦੀ ਹੈ ਕੁਛ ਨਹੀਂ ਇਹ ਇਹਦੇ ਉੱਪਰ ਨਹੀਂ ਹੁੰਦਾ ਟਵਾਣਾ ਸਾਹਿਬ ਅਸਲ ਵਿੱਚ ਇੱਕ ਸਿਸਟਮ ਹੁੰਦਾ ਹਰ ਇੱਕ ਚੀਜ਼ ਦਾ ਟਾਲਣ ਵਾਲਾ ਨਹੀਂ ਨਹੀਂ ਵਿਧਾਨ ਸਭਾ ਦੇ ਵਿੱਚ ਟਾਲਣ ਵਾਲੀ ਗੱਲ ਨਹੀਂ ਚਾਹੀਦੀ ਵਿਧਾਨ ਸਭਾ ਇੱਕ ਜਿਹੜੀ ਹੈਗੀ ਆ ਉਹ ਲਾ ਵਿਧਾਨ ਦੇ ਵਿੱਚ ਚੱਲਦੀ ਆ ਉਹ ਗੱਲ ਵੱਖ ਹੈ ਵੀ ਵਿਧਾਨ ਸਭਾ 'ਚ ਕਿਹੋ ਜਿਹੇ ਬੰਦੇ ਆਉਂਦੇ ਆ ਪਰ ਵਿਧਾਨ ਸਭਾ ਜਿਹੜੀ ਬੋਡੀ ਹੈ ਨਾ ਉਹ ਆਪਣੇ ਆਪ 'ਚ ਇੱਕ ਬੜੀ ਸੰਵਿਧਾਨਕ ਬੋਡੀ ਹੈਗੀ ਆ ਵਿਧਾਨ ਸਭਾ ਨੇ ਮਾਰਕ ਕਰ ਸਕਦੀ ਆ ਉਹ CBI ਨੂੰ ਮਾਰਕ ਕਰ ਸਕਦੀ ਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਸਟਿਸ ਰਣਜੀਤ ਸਿੰਘ ਦੇ ਬਹੁਤ ਸਵਾਲ ਉੱਠ ਖੜੇ ਸੀਗੇ ਉਹਨਾਂ ਨੇ ਉਹ ਸਵਾਲਾਂ ਨੂੰ ਸੈੱਟ ਕਰਨ ਵਾਸਤੇ ਉਹਨਾਂ ਨੇ ਉਹ ਰਿਪੋਰਟ ਸੈੱਟ ਨੂੰ ਦੇ ਦਿੱਤੀ ਆ ਇਹ ਨਹੀਂ ਵੀ ਪੁਲਿਸ ਵੱਡੀ ਆ ਛੋਟੀ ਆ ਇੱਦਾਂ ਨਹੀਂ ਹੁੰਦਾ ਕੋਈ ਇੱਕ ਨੋਰਮ ਹੁੰਦਾ ਨੋਰਮ ਦੇ ਵਿੱਚ ਰਹਿ ਕੇ ਕੀਤੀ ਗਈ ਪੜਤਾਲ ਜਿਹੜੀ ਹੈਗੀ ਆ ਉਹ ਅਦਾਲਤ ਵੀ ਜਾਣੀ ਆ ਅਦਾਲਤ ਦੇ ਵਿੱਚ ਉਹਦੇ ਕੇਸ ਚੱਲਣਾ ਹੈਗੇ ਆ ਉਹ ਲੋਕ ਅਰੈਸਟ ਵੀ ਹੋਣਗੇ ਅਤੇ ਬੜਾ ਕੁਛ ਹੋਏਗਾ ਉਹ ਇੱਦਾਂ ਨਹੀਂ ਵੀ ਹੁਣੇ ਖਤਮ ਹੋ ਗਿਆ ਸਾਰਾ ਟਵਾਣਾ ਸਾਹਿਬ ਅਸਲ ਵਿੱਚ ਉਹ ਨੋਰਮ ਵਿੱਚ ਰਹਿ ਕੇ ਕੀਤੀ ਗਈ ਪੜਤਾਲ ਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ ਮਾਮਲਾ ਤੈਅ ਹੋਣਾ ਅਦਾਲਤ ਵਿੱਚ ਜਾ ਕੇ ਪੁਲਿਸ
ਬਹੁਤ ਸਾਰੇ ਕਤਲਾਂ ਦੀ ਬਹੁਤ ਸਾਰੇ ਚੋਰੀ ਦੇ ਕੇਸਾਂ ਦੀ ਰਿਪੋਰਟਾਂ ਪੇਸ਼ ਕਰਦੀ ਆ ਅਸਲ ਚ ਚਾਰ ਸ਼ੀਟ ਤਾਂ ਪੇਸ਼ ਕਰੇਗੀ ਅਦਾਲਤ ਵਿੱਚੋਂ ਅਦਾਲਤ ਨੇ ਅਸਲ ਚ ਫੈਸਲਾ ਕਰਨਾ ਹੁੰਦਾ ਕੀ ਸੱਚ ਹੈ ਕੀ ਝੂਠ ਆ ਕੀ ਪ੍ਰਕਾਸ਼ ਸਿੰਘ ਬਾਦਲ ਹੈਗੇ ਆ ਉਹਦੇ ਚ ਕੀ ਉਹ ਸੁਖਬੀਰ ਸਿੰਘ ਬਾਦਲ ਆਉਂਦੇ ਆ ਵਿੱਚ ਪਹਿਲਾਂ ਵੀ ਤਾਂ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਕੇਸ ਦਰਜ ਹੋ ਗਏ ਸੀਗੇ ਬਾਅਦ ਗਵਾਹ ਮੁੱਕਰ ਗਏ ਸਾਰੇ ਪੁਲਿਸ ਵੀ ਮੁੱਕਰ ਗਈ ਸੀਗੀ ਤੇ ਬਾਅਦ ਸਾਰਾ ਕੁਝ ਠੱਪ ਹੋ ਗਿਆ ਸੋ ਇਸ ਤਰ੍ਹਾਂ ਵੀ ਉਹ ਅਦਾਲਤਾਂ ਵੀ ਜਾ ਕੇ ਕਿੰਨੀ ਕੁ ਖੜਦੀ ਆ ਰਿਪੋਰਟ ਉਹ ਇਸ ਕਰਕੇ ਇਹਨੂੰ ਪੱਕਾ ਕਰਨ ਵਾਸਤੇ ਟਵਾਣਾ ਸਾਹਿਬ ਵੀ ਉਹ ਰਿਪੋਰਟ ਪੱਕੇ ਤਰ੍ਹਾਂ ਰਹੇ ਪੱਕਾ ਕਰਨ ਵਾਸਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਇਕੱਲੇ ਨੂੰ ਛੱਡਿਆ ਉਹਨਾਂ ਨੇ ਉਹਨਾਂ ਦੇ ਨਾਲ ਸਿੱਟ ਵੀ ਨਾਲ ਲੈ ਲਈ ਪੁਲਿਸ ਵੀ ਨਾਲ ਲੈ ਲਈ ਵੀ ਤੁਸੀਂ ਵੀ ਨਾਲ ਆਪਣੀ ਰਿਪੋਰਟ ਦਿਓ ਕਿੱਦਾਂ ਸਾਹਿਬ ਤੁਹਾਡਾ ਕਹਿਣ ਦਾ ਭਾਵ ਹੈ ਵੀ ਕਮਿਸ਼ਨ ਵੱਲੋਂ ਉਠਾਏ ਜਿਹੜੇ ਨੁਕਤੇ ਨੇ ਉਹਨਾਂ ਨੂੰ ਹੋਰ ਵਿਸ਼ਲੇਸ਼ਣ ਉਹਨਾਂ ਦਾ ਕਰਨ ਵਾਸਤੇ ਸਿੱਟ ਬਿਠਾਈ ਗਈ ਹੈ ਅਤੇ ਇਹਦੇ ਵਿੱਚ ਜੋ ਇਹ ਦਸਤਾਵੇਜ਼ ਆ ਸਾਡੇ ਕੋਲ ਪਿਆ ਕੱਚਾ ਚਿੱਟਾ ਵਾਈਟ ਪੇਪਰ ਇਹਦੇ ਵਿੱਚ ਇਹ ਬੜਾ ਸਪਸ਼ਟ ਕੀਤਾ ਗਿਆ ਵੀ 4 ਮਹੀਨੇ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ ਸੀ ਅਤੇ ਡਿਪਟੀ ਚੀਫ ਮਿਨਿਸਟਰ ਦੇ ਹੁੰਦਿਆਂ ਉਹ ਗ੍ਰਹਿ ਮੰਤਰਾਲੇ ਦਾ ਚਾਰਜ ਵੀ ਉਹਨਾਂ ਕੋਲ ਸੀ 122 ਘਟਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋਈਆਂ ਅਤੇ ਇਹ ਬਿਲਕੁਲ ਸਪਸ਼ਟ ਹੈ ਵੀ ਜੋ ਉਸ ਸਮੇਂ ਦੀਆਂ ਏਜੰਸੀਜ਼ ਹੁੰਦੀਆਂ ਨੇ ਜੋ ਉਹ ਸਾਰੀ ਪਲ ਪਲ ਦੀ ਰਿਪੋਰਟ ਹੋਮ ਮਿਨਿਸਟਰ ਨੂੰ ਭੇਜਦੀਆਂ ਨੇ ਕੀ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਬਾਰੇ ਪਤਾ ਨਹੀਂ ਸੀ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਇਹਨਾਂ ਨੇ ਆਪਣਾ ਵੋਟ ਬੈਂਕ ਪੂਰਾ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੱਕ ਕਰਾਉਣ ਤੱਕ ਗਏ ਤਾਂ ਕਿ ਇਹ ਆਪਣੇ ਜੋ ਸੋ ਕਾਲਡ ਜਿਹੜੇ ਬਾਬੇ ਨੇ ਉਹਨਾਂ ਦੇ ਪੈਰੋਕਾਰਾਂ ਦੀਆਂ ਵੋਟਾਂ ਹਾਸਲ ਕਰ ਸਕਣ ਅਤੇ ਸੱਤਾ ਵਿੱਚ ਰਹਿ ਸਕਣ ਸੋ ਜ਼ਿਆਦਾ ਜਿਹੜੀ ਹੈ ਇਹਨਾਂ ਜਾਪਦਾ ਤਾਂ ਇਹ ਹੈ ਵੀ ਇਹਨਾਂ ਦੀ ਕੋਈ ਸਿੱਖ ਧਰਮ ਨਾਲ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਆਸਥਾ ਨਹੀਂ ਹੈ ਜੋ ਜੇ ਘਟਨਾਵਾਂ ਦਾ ਪੂਰੀ ਤਰ੍ਹਾਂ ਵੇਰਵਾ ਵਿਚੋਲਿਆ ਜਾਵੇ ਤਾਂ ਇਹ ਗੱਲ ਬੜੀ ਸਪਸ਼ਟ ਹੋ ਜਾਂਦੀ ਹੈ ਅਤੇ ਇਹ ਮੇਰੀ ਇੱਕ ਬੇਨਤੀ ਦੁਬਾਰਾ ਇਹ ਹੈ ਜੋ ਸੰਸਥਾਵਾਂ ਅੱਜ ਬਰਗਾੜੀ ਦੀ ਘਟਨਾ ਦੇ ਖਿਲਾਫ਼ ਬਰਗਾੜੀ ਵਿੱਚ ਮੋਰਚੇ ਲਾ ਰਹੀਆਂ ਨੇ ਜਾਂ ਹੋਰ ਤਰ੍ਹਾਂ ਵਿਰੋਧ ਕਰ ਰਹੀਆਂ ਹਨ ਉਹ ਇਹਨਾਂ ਦਾ ਵਿਚਾਰਕ ਤਾਰਕ ਤੌਰ 'ਤੇ ਵਿਰੋਧ ਕਰਨ ਪਿੰਡ ਪਿੰਡ ਜਾਣ ਦਸਤਾਵੇਜ਼ ਵੰਡਣ ਅਤੇ ਇੱਕ ਦਰਬਾਰੇ ਖਾਲਸਾ ਨੇ ਲਾਣਤ ਪੱਤਰ ਜਾਰੀ ਕੀਤਾ ਸੀ ਇਹਨਾਂ ਬਾਰੇ ਵੀ ਆਹ ਤੁਸੀਂ ਕੀਤਾ ਉਹ ਲੈ ਕੇ ਵੀ ਜਾਣ ਜਿਹਦੇ ਨਾਲ ਇੱਕ ਸਾਡੀ ਵਿਚਾਰਧਾਰਕ ਲੜਾਈ ਹੈ ਉਹ ਪਿੰਡ ਪਿੰਡ ਪਹੁੰਚ ਸਕੇ ਕਿਉਂਕਿ ਇਹ ਡੈਮੋਕ੍ਰੇਸੀ ਦਾ ਯੁੱਗ ਹੈ ਡੈਮੋਕ੍ਰੇਸੀ ਦੇ ਵਿੱਚ ਵਿਚਾਰਧਾਰਕ ਲੜਾਈ ਜਿਹੜੀ ਹੈ ਉਹੀ ਅੱਗੇ ਸਾਨੂੰ ਸਾਡਾ ਓਪੀਨੀਅਨ ਬਿਲਕੁਲ ਦੇਖੋ ਇਹ ਜਿਹੜਾ ਮੈਂ ਤਾਂ ਵੈਸੇ ਕੱਚਾ ਚਿੱਠਾ ਇਹਦਾ ਟਾਈਟਲ ਹੈ ਵਾਈਟ ਪੇਪਰ ਪਰ ਮੈਨੂੰ ਲੱਗਦਾ ਕਿ ਕੱਚਾ ਚਿੱਠਾ ਦੀ ਜਗ੍ਹਾ ਜੇ ਚਿੱਟਾ ਚਿੱਠਾ ਲਿਖਿਆ ਹੁੰਦਾ ਤਾਂ ਜ਼ਿਆਦਾ ਸੂਟੇਬਲ ਸੀ ਇਸਕਾ ਟਾਈਟਲ ਇਹ ਜਿਹੜਾ ਕੱਚਾ ਚਿੱਠਾ ਜਾਂ ਲਾਹਨਤ ਪੇਪਰ ਹੈ ਇਹ ਇਸ ਨੂੰ ਲਿਖਣ ਨਾਲ ਇਹਦਾ ਅਗਲਾ ਜਿਹੜਾ ਤੁਸੀਂ ਕੀ ਬੌਧਿਕ ਪੱਖ ਵੇਖਦੇ ਹੋ ਪੰਜਾਬੀਆਂ ਨੂੰ ਜਿਸ ਤਰ੍ਹਾਂ ਇਹ ਘਟਨਾਵਾਂ ਘਟੀਆਂ 78 ਘਟਨਾਵਾਂ ਕੈਪਟਨ ਦੇ ਕਾਰਜਕਾਲ ਦੇ ਦੌਰਾਨ ਵੀ ਘਟ ਗਈਆਂ ਨੇ ਇਹ ਮੰਦਭਾਗੀਆਂ ਘਟਨਾਵਾਂ ਦੀ ਸ਼ੁਰੂਆਤ ਅਕਾਲੀਆਂ ਦੇ ਵਕਤ ਹੋਈ ਸੀ ਬਰਗਾੜੀ ਬਹਿਬਲ ਕਲਾਂ ਇਹਦਾ ਹੱਲ ਕੀ ਹੈ ਪਤਾ ਸਾਰਿਆਂ ਨੂੰ ਹੈ ਜਿਹੜੇ ਫੈਕਟ ਤੁਸੀਂ ਦਿੱਤੇ ਨੇ ਬਹੁਤ ਅੱਛੇ ਨੇ ਹੋਰਾਂ ਨੂੰ ਵੀ ਪਤਾ ਲੱਗੇਗਾ ਡੇਟ ਵਾਈਜ਼ ਸਾਰਾ ਕੁਛ ਹੈ ਉਹ ਬੇਹੱਦ ਮਾੜੀ ਸ਼ਬਦਾਵਲੀ ਜਿਹੜੀ ਉੱਥੇ ਲਿਖੀ ਗਈ ਸੀ ਸਿੱਖਾਂ ਦੇ ਬਾਰੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਜਿਹੜਾ ਲਿਖਿਆ ਸੀ ਉਹਨਾਂ ਲੋਕਾਂ ਨੇ ਇਸ ਦੌਰਾਨ ਜਿਹੜਾ ਰਾਜ ਸੱਤਾ ਬਦਲਣੀ ਹੈ ਅਕਾਲੀ ਪਾਰਟੀ ਜੇ ਉਹਨਾਂ ਨੇ ਗਲਤ ਕੀਤਾ ਹਾਸ਼ੀ 'ਤੇ ਜਾਣੀ ਚਾਹੀਦੀ ਹੈ ਜੋ ਇਹਨਾਂ ਲੋਕਾਂ ਦੀ ਮਨਸ਼ਾ ਹੈ ਇਹਨਾਂ ਕੋਲ ਬਦਲ ਕੀ ਹੈ ਉਸਦਾ ਜਿੰਨੀ ਦੇਰ ਸਿਆਸੀ ਬਦਲ ਨਹੀਂ ਉਹਦੇ ਵਿੱਚ ਸੰਯੁਕਤ ਅਕਾਲੀ ਦਲ ਹੈ ਜਾਂ ਕੁਛ ਪੰਥਕ ਜਮਾਤਾਂ ਨੇ ਟਕਸਾਲੀ ਵੀ ਅਲੱਗ ਹੋ ਕੇ ਬਣੇ ਫਿਰ ਰਾਜਨੀਤਿਕ ਤੌਰ 'ਤੇ ਜਿੰਨੀ ਦੇਰ ਸੱਤਾ ਨਹੀਂ ਅਤੇ ਇਹ ਚੀਜ਼ਾਂ ਦਾ ਫਿਰ ਬਾਲੀਵਰਸ ਕੌਣ ਹੈ ਅਕਾਲੀ ਸਪੋਜ ਕਰੋ ਖਤਮ ਵੀ ਹੋ ਜਾਂਦੇ ਨੇ ਅਤੇ ਫਿਰ ਫਾਇਦਾ ਕਾਂਗਰਸ ਨੂੰ ਹੁੰਦਾ ਸਿਆਸੀ ਫਾਇਦਾ ਜਿਸ ਪਾਰਟੀ ਨੂੰ ਹੁੰਦਾ ਉਹਦੇ ਤੋਂ ਕੀ ਉਮੀਦ ਹੈ ਕਿ ਉਹ ਸੁਧਾਰ ਕਰੇਗੀ ਇਹਦਾ ਰਾਜਸੀ ਬਦਲ ਕੀ ਹੈ ਇਸ ਚੀਜ਼ਾਂ ਦਾ ਰਾਜਸੀ ਬਦਲ ਇਹਦਾ ਇਹ ਹੈ ਵੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਉਪਮਾ ਹੈ ਮਹਿਮਾ ਹੈ ਜੋ ਵਿਚਾਰ ਉਹਨਾਂ ਵਿੱਚ ਪ੍ਰਗਟ ਕੀਤੇ ਗਏ ਹਨ ਤਕਰੀਬਨ 7 ਤਰ੍ਹਾਂ ਦੇ ਜੋ ਮੈਂਟਲ ਬਲੌਕ ਨੇ ਮਤਭੇਦ ਨੇ ਵਿਤਕਰੇ ਨੇ ਜਾਤ ਪਾਤ ਧਰਮ ਬੋਲੀ ਇਲਾਕਾ ਔਰਤ ਮਰਦ ਦਾ ਅਤੇ ਹੋਰ ਕਈ ਤਰ੍ਹਾਂ ਦੇ ਜੋ ਵਿਤਕਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਿਆਂ ਦਾ ਬਹੁਤ ਚੰਗੀ ਤਰ੍ਹਾਂ ਖੰਡਨ ਕੀਤਾ ਗਿਆ ਇਹ ਸਾਰੀ ਵਿਚਾਰਧਾਰਾ ਨੂੰ ਸਾਨੂੰ ਸਾਰੇ ਸੰਸਾਰ ਵਿੱਚ ਕਿਉਂਕਿ ਹੁਣ ਸੰਸਾਰ ਇੱਕ ਪਿੰਡ ਬਣ ਚੁੱਕਿਆ ਇਹ ਸਾਨੂੰ ਬੌਧਿਕ ਤੌਰ 'ਤੇ ਲੈ ਕੇ ਜਾਣਾ ਪਏਗਾ
ਨਹੀਂ ਉਹ ਬਹੁਤ ਅੱਛੀ ਗੱਲ ਹੈ ਮੈਂ ਮੰਨਦਾ ਹਾਂ ਤੁਸੀਂ ਇਹ ਗੱਲ ਸ਼ੋਈ ਹੈ ਕਿ ਅਸੀਂ ਜਿਹੜਾ ਸਿੱਖ ਫਲਸਫਾ ਮੈਂ ਅਕਸਰ ਕਹਿੰਦਾ ਉਹਨਾਂ ਕਿ ਸ਼ੰਭੂ ਤੋਂ ਪਾਰ ਨਹੀਂ ਲਿਜਾ ਸਕੇ ਹੁਣ ਜਿੱਥੇ ਜਿੱਥੇ ਪੰਜਾਬ ਦੀ ਵੋਟ ਪੋਲ ਹੁੰਦੀ ਹੈ ਉੱਥੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਵੇਦ ਵੀ ਹੁੰਦੀ ਹੈ 100 ਘਟਨਾਵਾਂ ਅਕਾਲੀਆਂ ਦੇ ਰਾਜ 78 ਘਟਨਾਵਾਂ ਕੈਪਟਨ ਦੇ ਰਾਜ 'ਚ ਵਾਪਰ ਚੁੱਕੀਆਂ ਨੇ ਬੇਅਦਬੀ ਦੀਆਂ ਸ਼ੰਭੂ ਚਲੇ ਜਾਓ ਪੰਜਾਬ ਦੇ ਜਿੱਥੇ ਵੋਟਿੰਗ ਪੰਜਾਬ ਦੀ ਵੋਟ ਨਹੀਂ ਜਿੱਥੇ ਪੈਂਦੀ ਪੰਜਾਬ ਦੀ ਹੱਦ ਤੋਂ ਬਾਹਰ ਬਿਲਕੁਲ ਸੁੰਨੇ ਇਕਾਂਤ ਗੁਰੂ ਘਰ ਨੇ ਉੱਥੇ ਬੇਅਦਬੀ ਨਹੀਂ ਹੁੰਦੀ ਬੇਅਦਬੀ ਇੱਥੇ ਹੁੰਦੀ ਹੈ ਕਿਉਂਕਿ ਇਹਦਾ ਇੱਥੇ ਰਾਜਸੀ ਲਾਹਾ ਲੈਂਦੇ ਆ ਜਿਵੇਂ ਪਹਿਲਾਂ ਬੀੜੀਆਂ ਸਿੱਕਟਾਂ ਦਾ ਮੰਦਰਾਂ ਗੁਰਦੁਆਰਿਆਂ 'ਚ ਸਿੱਟ ਕੇ ਅਤੇ ਮੰਦਰਾਂ 'ਚ ਪੂੰਛਾਂ ਸਿੱਟ ਕੇ ਲਿਆ ਗਿਆ ਬੇਅਦਬੀ ਕਰਾਉਣ ਨੂੰ ਇੱਕ ਟੂਲ ਵਰਤਿਆ ਜਾ ਰਿਹਾ ਸਿਆਸਤਦਾਨਾਂ ਵੱਲੋਂ ਕਿਉਂਕਿ ਇਸ ਦੀ ਬਿਨਾਹ 'ਤੇ ਵੋਟ ਦਾ ਲਾਹਾ ਲਿਆ ਜਾ ਰਿਹਾ ਲਾਹਾ ਲੈਣ ਵਾਲੇ ਲੋਕ ਇਸ ਲਈ ਜ਼ਿੰਮੇਵਾਰ ਨੇ ਅਸੀਂ ਕਿਵੇਂ ਫਲਸਫੇ ਨੂੰ ਵਿਦੇਸ਼ 'ਚ ਲਿਜਾਵਾਂਗੇ ਅਸੀਂ ਤਾਂ ਬੇਅਦਬੀਆਂ ਕਰਾ ਰਹੇ ਹਾਂ ਕਿੱਡਾ ਕਾਲਾ ਇਤਿਹਾਸ ਸ਼ਬਦ ਗੁਰੂ ਦੀ ਧਰਤੀ 'ਤੇ ਅਸੀਂ ਲੋਕ ਲਿਖ ਰਹੇ ਹਾਂ ਇਹ ਕਿਉਂ ਰਿਹਾ ਜੀ ਸਰ ਟਵਾਣਾ ਸਾਹਿਬ ਇਹਦੇ ਵਿੱਚ ਜੇ ਅਸੀਂ ਦੇਖਿਆ ਜਾਵੇ ਮਨਸਾ ਕੀ ਹੈ ਮਨਸਾ ਇਹ ਹੈ ਵੀ ਕਿਸੇ ਕੌਮ ਨੂੰ ਮਾਰਨ ਵਾਸਤੇ ਉਹਦਾ ਜੋ ਵੱਡਾ ਪ੍ਰੇਰਨਾ ਸਰੋਤ ਹੈ ਉਹਨੂੰ ਖਤਮ ਕਰ ਦਿਓ ਕਿਉਂਕਿ ਪੰਜਾਬ ਦੇ ਵਿੱਚੋਂ ਹੀ ਸਿੱਖ ਧਰਮ ਉੱਠਿਆ ਗੁਰੂ ਗ੍ਰੰਥ ਸਾਹਿਬ ਦੇ ਜ਼ਿਆਦਾ ਜੋ ਪੈਰੋਕਾਰ ਨੇ ਜਾਂ ਉਹਨੂੰ ਮੰਨਣ ਵਾਲੇ ਨੇ ਉਹ ਪੰਜਾਬ 'ਚ ਨੇ ਹੁਣ ਜਦੋਂ ਤੱਕ ਅਸਲ ਵਿੱਚ ਸਿੱਖਾਂ ਦੇ ਵਿੱਚ ਕੀ ਇਹ ਬਹੁਤ ਕੁਰਬਾਨੀਆਂ ਦੇ ਸਕਦੇ ਨੇ ਇੱਕ ਬੜੀ ਵੱਡੀ ਘਾਟ ਹੈ ਵੀ ਹਰ ਕੋਈ ਚਾਹੁੰਦਾ ਮੈਨੂੰ ਕ੍ਰੈਡਿਟ ਮਿਲੇ ਜਦ ਤੱਕ ਆਪ ਜਥੇਬੰਦਕ ਹੋ ਕੇ ਇੱਕ ਕੌਮਨ ਮਿਨੀਮਮ ਪ੍ਰੋਗਰਾਮ ਨਹੀਂ ਬਣਾਉਂਦੇ ਉਸ ਦੇ ਉੱਤੇ ਇੱਕ ਜਥੇਬੰਦਕ ਤਾਕਤ ਨਹੀਂ ਬਣਾਉਂਦੇ ਉਦੋਂ ਤੱਕ ਇਹ ਰਾਜਸੀ ਲਾਹਾ ਨਹੀਂ ਲੈ ਸਕਣਗੇ ਤੇ ਜਿਹੜੀਆਂ ਬਹੁਤ ਵੱਡੀਆਂ ਜਿਹੜੇ ਇਹਨਾਂ ਦੇ ਲੀਡਰ ਪੈਦਾ ਹੋ ਜਾਂਦੇ ਨੇ ਉਹਨਾਂ ਦੀਆਂ ਵੋਟਾਂ ਬਟੋਰ ਜਾਂਦੇ ਨੇ ਵੋਟਾਂ ਬਟੋਰ ਜਾਂਦੇ ਭਾਵੇਂ ਬੇਅਦਬੀ ਦਾ ਮਾਮਲਾ ਭਾਵੇਂ ਹੋਰ ਹੈ ਉਹ ਇਹਦੇ ਬਿਨਾਂ 'ਤੇ ਇਹਨਾਂ ਨੂੰ ਪ੍ਰਭਾਵਿਤ ਕਰਕੇ ਆਪਣਾ ਵੋਟ ਬੈਂਕ ਬਟੋਰ ਕੇ ਗਾਂਹ ਚੱਲਦੇ ਬਣਦੇ ਨੇ ਪਹਿਲਾਂ ਵੀ ਇੱਦਾਂ ਦੇ ਧਾਰਮਿਕ ਸੈਂਟੀਮੈਂਟਸ ਇਹਨਾਂ ਸਿਆਸਤਦਾਨਾਂ ਵੱਲੋਂ ਸਿੱਖ ਸਿਆਸਤਦਾਨਾਂ ਵੱਲੋਂ ਉਹ ਭਾਵੇਂ ਬਦਲ ਕੇ ਹੋਣ ਅਤੇ ਭਾਵੇਂ ਉਹਨਾਂ ਦੇ ਵਿਰੋਧੀ ਹੋਣ ਸਿਮਰਨਜੀਤ ਮਾਨ ਵੀ ਆਏ ਉਹਨਾਂ ਨੇ ਵੀ ਵੋਟਾਂ ਲਈਆਂ ਬਾਅਦ ਦੇ ਵਿੱਚ ਕੀਤਾ ਉਹਨਾਂ ਨੇ ਵੀ ਰਾਜ ਕਿਉਂਕਿ ਜਦੋਂ ਤੁਹਾਡੇ ਕੋਲ ਰਾਜ ਸੱਤਾ ਤੁਸੀਂ ਬਹੁਤ ਕੁਛ ਕਰ ਸਕਦੇ ਹੋ ਕੀਤਾ ਮਾਨ ਅਕਾਲੀ ਦਲ ਵੀ ਨਹੀਂ ਰਿਕਾਰਡ ਤੋੜ ਵੋਟਾਂ ਮਾਨ ਸਾਹਿਬ ਨੂੰ ਪਈਆਂ ਹੋਰਾਂ ਨੂੰ ਪਈਆਂ ਬੀਬੀ ਖਾਲਸਾ ਨੂੰ ਪਈਆਂ ਬਿਮਲ ਕੌਰ ਖਾਲਸਾ ਨੂੰ ਜਾਂ ਹੋਰ ਪੰਥਕ ਧਿਰਾਂ ਨੂੰ ਪਈਆਂ ਹਰਿੰਦਰ ਸਿੰਘ ਖਾਲਸਾ ਨੂੰ ਪਈਆਂ ਆਮ ਆਦਮੀ ਪਾਰਟੀ ਨੂੰ ਪਈਆਂ ਪਰ ਉਹ ਕੀਤਾ ਉਹਨਾਂ ਨੇ ਕੁਛ ਨਹੀਂ ਹੁਣ ਉਹ ਲੋਕ ਬੀਜੇਪੀ 'ਚ ਆ ਗਏ ਨੇ ਅਕੀਦਾ ਸਾਹਿਬ ਇਹ ਜਿਹੜਾ ਸਾਰਾ ਕੁਛ ਵਾਪਰ ਰਿਹਾ ਇਹ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਵਾਈਟ ਪੇਪਰ ਆਇਆ ਜਾਂ ਹੋਰ ਚੀਜ਼ਾਂ ਆਈਆਂ ਬੇਅਦਬੀ ਦੇ ਮਾਮਲੇ ਦੇ ਵਿੱਚ ਜਿਹੜੀ ਜਾਂਚ ਹੈ ਉਹਦੇ ਮੁੱਖ ਜਿਹੜਾ ਟੀਮ ਮੈਂਬਰ ਆ ਉਹਨੂੰ ਬਦਲਿਆ ਗਿਆ ਕੁੰਵਰ ਪ੍ਰਤਾਪ ਇਹਦੇ ਨਾਲ ਕੀ ਵੋਟ ਫਲੋਟ ਹੋਏਗੀ ਉੱਧਰੋਂ ਉੱਧਰ ਫਾਇਦਾ ਅਤੇ ਨੁਕਸਾਨ ਵੋਟਾਂ ਦਾ ਹੀ ਵੇਖ ਕੇ ਸਾਰਾ ਕੁਛ ਹੋ ਰਿਹਾ ਨਹੀਂ ਟਵਾਣਾ ਸਾਹਿਬ ਅਸਲ ਵਿੱਚ ਨਾ ਜਿਹੜਾ ਪੰਜਾਬ ਦੀ ਰਾਜਨੀਤੀ ਹੈਗੀ ਆ ਜੀ ਉਹਦੇ ਵਿੱਚ ਹੁਣ ਬਹੁਤ ਹੀ ਭਖਵਾਂ ਅਤੇ ਕਰੰਟ ਮੁੱਦਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹ ਤਾਂ ਮੈਨੂੰ ਲੱਗਦਾ ਰਹੇਗਾ 84 ਜਾਂ ਰਾਮ ਮੰਦਰ ਵਾਂਗੂ ਚੱਲਦਾ ਰਹੇਗਾ ਨਹੀਂ ਬੜਾ ਵੱਡਾ ਮੁੱਦਾ ਇਹ ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਦੀਆਂ ਜਿਹੜੀਆਂ ਜੜ੍ਹਾਂ ਵਿੱਚ ਤੇਲ ਦੇਣ ਦਾ ਕੰਮ ਕਰ ਰਿਹਾ ਹੈ ਮੁੱਦਾ ਬੜਾ ਖਤਰਨਾਕ ਤਰੀਕੇ ਨਾਲ ਦੇਖੋ ਇਹ ਤਾਂ ਆਮ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਬਾਦਲ ਪਰਿਵਾਰ ਨੇ ਤਿੰਨ ਸੁਖਵੀ ਖਾਸ ਕਰ ਸੁਖਵੀ ਬਾਦਲ ਨੇ ਜੀ ਤਿੰਨ ਸੰਸਥਾਵਾਂ ਦੇ ਐਥਿਕਸ ਆਦਰਸ਼ ਜਿਹੜੇ ਸਿਧਾਂਤ ਖਤਮ ਕੀਤੇ ਆ ਸ਼੍ਰੋਮਣੀ ਅਕਾਲੀ ਦਲ ਦੇ ਉਹਦੇ ਸਿਧਾਂਤ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੇ ਬਹੁਤ ਵੱਡਾ ਸ਼ਾਨਾ ਮੱਤਾ ਇਤਿਹਾਸ ਹੈਗਾ ਬੜਾ ਵੱਡਾ ਇਤਿਹਾਸ ਆ ਉਹਨੇ ਇਤਿਹਾਸ ਨੂੰ ਰੋਲਿਆ ਉਹਨੇ ਸੁਖਵੀਰ ਬਾਦਲ ਨੇ ਸਿਧਾਂਤ ਖਤਮ ਕੀਤੇ ਆ ਅਤੇ ਦੂਜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਸਿਧਾਂਤ ਖਤਮ ਕੀਤੇ ਆ ਉਹਦਾ ਗੋਲਕ ਦੇ ਕਿਵੇਂ ਵਰਤਿਆ ਜਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਕਹਿੰਦੇ ਬੰਦੇ ਰੱਖਦਾ ਇਸ਼ਤਿਹਾਰਾਂ ਦਿੱਤਾ ਵੀ ਸਰਸੇ ਵਾਲੇ ਨੂੰ ਮਾਫ਼ ਲੱਗੇ ਇਹਦੇ 'ਚ ਡਿਟੇਲ ਸਾਰੀ ਮਤਲਬ ਕਿ ਵੀ ਹੈਗਾ ਅਤੇ ਤੀਜੀ ਸੰਸਥਾ ਹੈਗਾ ਸ੍ਰੀ ਅਕਾਲ ਤਖਤ ਸਾਹਿਬ ਉਸ ਨੂੰ ਵੀ ਆਪਣੇ ਤਰੀਕੇ ਨਾਲ ਵਰਤਿਆ ਵੀ ਆਪਣੇ ਤਰੀਕੇ ਨਾਲ ਵਰਤ ਕੇ ਉਹਨੂੰ ਜਿਹਨੂੰ ਮਰਜ਼ੀ ਛੇਕ ਦਿਓ ਜਿਹਨੂੰ ਮਰਜ਼ੀ ਅਵਾਰਡ ਦੇ ਦਿਓ ਹੁਣ ਤੁਸੀਂ ਦੇਖੋ ਇਹ ਜਿਹੜਾ ਇਹ ਕੱਚਾ ਚਿੱਠਾ ਹੈਗਾ ਇਹਦੇ ਵਿੱਚ ਜਿਹੜੀ ਸਰਸੇ ਵਾਲੇ ਨੂੰ ਮਾਫ਼ੀ ਦਿੱਤੀ ਆ ਉਹ 24/9 ਨੂੰ ਦਿੱਤੀ ਆ ਮਾਫ਼ੀ ਉਹਨਾਂ ਨੇ ਇਹਦੇ ਵਿੱਚ ਦੱਸਿਆ ਆ 24/9 ਦੀ ਮਾਫ਼ੀ ਆ ਸਰਸੇ ਵਾਲੇ ਲੈਟਰ ਭੇਜਿਆ 27/9 ਨੂੰ ਉਹਦੇ ਵਿੱਚ ਮੇਰੇ ਖਿਆਲ ਨਾਲ ਥੈਂਕਸ ਕੀਤਾ ਹੋਇਆ ਲੈਟਰ 'ਚ 27/9 ਲੈਟਰ ਭੇਜਿਆ ਉਹਨਾਂ ਨੇ ਇਹਦੇ ਵਿੱਚ ਮਾਫ਼ੀ ਨਹੀਂ ਭਰੇਗੀ ਇਹ 'ਚ ਮਾਫ਼ੀ ਨਹੀਂ ਦਾ ਲਫ਼ਜ਼ ਨਹੀਂ ਕਿਤੇ ਹੈਗਾ ਨਹੀਂ ਇਹਦੇ 'ਚ ਉਹਨਾਂ ਨੇ ਲਿਖਿਆ ਇਸ ਕੇ ਲਈ ਹਮ ਸ੍ਰੀ ਅਕਾਲ ਤਖ਼ਤ ਸਾਹਿਬ ਬਾ ਸਿੰਘ ਸਾਹਿਬਾਨ ਕਾ ਧੰਨਵਾਦ ਕਰਦੇ ਹਾਂ ਮਤਲਬ ਉਹਦਾ ਇਹ ਥੈਂਕਸ ਕੀਤਾ ਹੋਇਆ ਇਸੇ ਕਰਕੇ ਬਾਅਦ 27 ਨੂੰ ਧੰਨਵਾਦ ਕੀਤਾ ਹੋਊਗਾ ਫਿਰ ਉਹਨਾਂ ਨੇ ਹਾਂ ਮਤਲਬ ਮਾਫੀ ਵਾਲਾ ਮਾਫੀਨਾਮਾ ਲੈਟਰ ਨਹੀਂ ਹੈ ਇਹਦੇ ਵਿੱਚ ਉਹ ਪਤਾ ਨਹੀਂ ਕਿਸ ਨਹੀਂ ਹੈਗਾ ਮਤਲਬ ਇਹਦਾ ਮਤਲਬ ਮਾਫੀਨਾਮਾ ਲੈਟਰ ਵਿੱਚ ਛਪਿਆ ਨਹੀਂਗਾ ਚਲੋ ਐਨੀਥਿੰਗ ਜਿਹੜਾ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਹਰ ਇੱਕ ਪਿੰਡ 'ਚ ਗੁਰੂ ਘਰ ਹੈਗਾ ਹਰ ਪਿੰਡ 'ਚ ਸਵੇਰੇ ਜਪਜੀ ਸਾਹਿਬ ਦਾ ਪਾਠ ਹੁੰਦਾ ਰਹਿਰਾਸ ਸਾਹਿਬ ਸਾਹਿਬ ਨੂੰ ਪਾਠ ਹੁੰਦਾ ਹਰ ਪਿੰਡ ਵਿੱਚ ਗੁਰੂ ਸਾਹਿਬ ਸ਼ਬਦ ਗੁਰੂ ਦੀ ਹੋਕ ਹੈ ਪਈ ਹੋਈ ਹਰ ਪਿੰਡ 'ਚ ਕਿਤੇ ਨਾ ਕਿਤੇ ਮਤਲਬ ਕਿ
90 ਫੀਸਦੀ ਪਿੰਡਾਂ ਦੇ ਵਿੱਚ ਪ੍ਰਧਾਨ ਇੱਕ ਕੌਮ ਦੇ ਪ੍ਰਧਾਨ ਨੇ ਜਾਂ ਜੱਟ ਕੌਮ ਦੇ ਪ੍ਰਧਾਨ ਨੇ ਜੱਟ ਹੀ ਨੇ ਓਵਰਆਲ ਜ਼ਿਆਦਾ ਜੱਟਾਂ ਕੋਲ ਹੀ ਰਹਿੰਦਾ ਰਹੀ ਤੇ 54 ਗੁਰਦੁਆਰਿਆਂ ਦੇ ਮੈਨੇਜਰਾਂ ਵਿੱਚੋਂ 50 ਮੈਨੇਜਰ ਜੱਟ ਨੇ ਜੱਟਾਂ ਦੀ ਫੀਸਦ ਕਿੰਨੀ ਹੈ ਵੈਸੇ ਕੀਦਾ ਸਾਹਿਬ ਟੋਟਲ ਪੰਜਾਬ ਜੱਟਾਂ ਦੀ ਨਾ ਜੱਟਾਂ ਦੀ ਫੀਸਦ ਤਾਂ ਦਲਤਾਂ ਨੂੰ ਵੀ ਘੱਟ ਹੈ ਵੈਸੇ ਜੇ ਮੰਨਿਆ ਜਾਵੇ ਦਲਤ 22-33 32-33 ਬਹੁਤ ਘੱਟ ਹੈ ਮੇਰੇ ਪੱਕੇ ਦਾ ਅੰਕੜਾ ਨਹੀਂ ਨਜ਼ਰ ਆਇਆ ਮੈਂ 16-17% ਦਲਤਾਂ ਨੂੰ ਵੀ ਘੱਟ ਹੈਗੀ ਆ ਪਰ ਜੱਟਾਂ ਜੱਟ ਜਿਹੜੀ ਕੌਮ ਹੈਗੀ ਆ ਉਸ ਨੇ ਅਕਾਲੀ ਦਲ ਬਾਦਲ ਦੇ ਜੜਾਂ ਦੇ ਵਿੱਚ ਪਾਣੀ ਪਾਇਆ ਉਸ ਦੀ ਖਾਦ ਪਾਈ ਆ ਉਹਨਾਂ ਨੇ ਉਸ ਨੇ ਉਹਦੇ ਵਿੱਚ ਬੜਾ ਜੇ ਕੋਈ ਕੀੜਾ ਵੀ ਸੀਗਾ ਉਹਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਆ ਮਤਲਬ ਕਿ ਬਾਦਲ ਦਲ ਨੂੰ ਉਭਾਰਨ ਵਾਸਤੇ ਜੱਟ ਕੌਮ ਨੇ ਪੂਰਾ ਜ਼ੋਰ ਲਾਇਆ ਨਹੀਂ ਤਾਂ ਸਾਰੀਆਂ ਪੰਜਾਬ ਦੀਆਂ ਮੈਂ ਇੱਕ ਸੈਕਿੰਡ ਤੋਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵੇਖ ਲਓ ਮਾਨ ਅਕਾਲੀ ਦਲ ਹੈ ਉਹ ਜੱਟ ਨੇ ਮੂਹਰੇ ਤੇ ਟਕਸਾਲੀ ਹੈ ਉਹ ਜੱਟ ਨੇ ਈਵਨ ਆਮ ਆਦਮੀ ਪਾਰਟੀ ਉਹ ਜੱਟਾਂ ਕੋਲ ਹੈ ਅਕਾਲੀ ਦਲ ਵੀ ਜੱਟ ਹੈਗੇ ਨੇ ਤਾਂ ਸਿਧਾਂਤ ਦੀ ਗੱਲ ਕਰਦੇ ਆ ਉਹ ਮੈਂ ਜੱਟ ਕੌਮ ਨੂੰ ਬਦਨਾਮ ਮਤਲਬ ਸਿਆਸਤ ਚ ਲੀਡ ਕਰ ਰਹੇ ਨੇ ਮੈਂ ਕਹਿ ਰਿਹਾ ਵੀ ਜੇਕਰ ਸਮੁੱਚੀ ਜਿਹੜੀ ਜੱਟਾਂ ਦਾ ਤਾਂ ਕਹਿ ਰਿਹਾ ਮੈਂ ਪਿੰਡ ਦੇ ਵਿੱਚ ਜੱਟ ਚੌਧਰੀ ਆ ਸਰਪੰਚ ਹੈ ਤੇ ਉਹਦੇ ਖੇਤੀਬਾੜੀ ਆ ਜ਼ਮੀਨ ਆ ਉਹਦੇ ਕੋਲੇ ਉਹਦੇ ਨਾਲ ਦਲ ਜੁੜੇ ਹੋਏ ਨੇ ਉਹਦੇ ਨਾਲ ਹਰ ਕਾਸਟ ਜੁੜੀ ਹੋਈ ਆ ਤੇ ਉਹਦੇ ਪ੍ਰਭਾਵ ਵਿੱਚ ਵੋਟਾਂ ਹੀ ਪਾਉਂਦੇ ਆ ਤੇ ਜੇਕਰ ਉਹ ਸਮਝ ਜਾਵੇ ਵੀ ਸਿੱਖੀ ਮਰ ਰਹੀ ਆ ਸਿੱਖੀ ਨੂੰ ਮਾਰਤਾ ਬਾਦਲ ਦਲ ਨੇ ਅਕਾਲੀ ਦਲ ਛੱਡ ਦੋ ਬਾਦਲਾਂ ਨੇ ਸਿੱਖੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਨੇ ਆਰਐਸਐਸ ਦੇ ਪੱਲੇ ਪਏ ਕੇ ਉਸ ਨੇ ਬਹੁਤ ਕੁਝ ਤਹਿਸ ਨਹਿਸ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਨੇ ਆਪਣਾ ਹਵਨ ਕਰਾਏ ਨੇ ਆਪਣਾ ਬੰਗਲਾ ਮੁਖੀ ਤੇ ਜਾ ਕੇ ਉਸ ਨੇ ਬੜੇ ਵੱਡੇ ਵੱਡੇ ਗਲਤ ਕੰਮ ਕੀਤੇ ਜਿਹੜੇ ਸਿੱਖ ਧਰਮ ਦੇ ਖਿਲਾਫ ਹੈਗੇ ਨੇ ਉਹ ਡੇਰਾਬਾਦ ਨੂੰ ਉਤਸ਼ਾਹਿਤ ਕੀਤਾ ਉਹਨੇ ਜੇਕਰ ਉਹ ਕੌਮ ਸਮਝ ਜਾਵੇ ਨਾ ਉਸ ਨੂੰ ਉਹ ਮੋਹਰੀ ਰੋਲ ਨਿਭਾਵੇ ਸਮਝ ਜਾਵੇ ਤਾਂ ਬਾਦਲ ਦਲ ਦਾ ਮਲੀਆ ਮਿਟ ਹੋ ਜਾਏਗਾ ਇੱਥੇ ਜੱਟ ਮਚਲਾ ਖੁਦਾ ਨੂੰ ਲੈ ਕੇ ਚੋਰ ਫਿਰ ਕਹਾਣ ਕੌਣ ਝੂਠੇ ਪਾਏਗਾ ਜੱਟ ਜੱਟਾਂ ਦੇ ਸਾਲੇ ਵਿੱਚੇ ਕਰਦੇ ਘਾਲੇ ਮਾਲੇ ਤਾਂ ਧਨੀ ਰਾਮ ਚਾਤਰਕ ਵੀ ਕਹਿੰਦਾ ਕਹਾਵਤ ਵੀ ਕਹਿੰਦੀ ਹੈ ਹੁਣ ਤੇ ਵੇਖੋ ਕਿ ਬਿਕਰਮ ਮਜੀਠਾ ਬੋਲੇ ਸੋਨਿਆਲ ਦੇ ਨਾਲ ਜੈ ਸ਼੍ਰੀ ਰਾਮ ਦੇ ਨਾਰੇ ਵੀ ਲਾ ਰਹੇ ਨੇ ਅਕਾਲੀ ਦਲ ਤੇ ਉਹ ਹੋ ਗਿਆ ਮਤਲਬ ਜੱਟ ਤਾਂ ਨਿਰਪੱਖ ਹੋ ਗਿਆ ਜੀ ਹੁਣ ਸਿਆਸੀ ਨਿਰਪੱਖ ਹੋ ਗਿਆ ਜੀ ਸਿੰਘ ਮੈਂ ਇੱਕ ਹੋਰ ਨੁਕਤਾ ਸਾਂਝਾ ਕਰਨਾ ਚਾਹੁੰਦਾ ਜਿਹੜਾ ਜਥੇਦਾਰ ਸੀਗੇ ਤਲਵੰਡੀ ਸਾਬੋ ਵਾਲੇ ਗੁਰਮੁਖ ਸਿੰਘ ਜੀ ਉਹਨਾਂ ਨੇ ਬੜੇ ਖੁਲਾਸੇ ਕੀਤੇ ਸੀ ਵੀ ਸਾਨੂੰ ਬਾਦਲ ਸਾਹਿਬ ਨੇ ਆਪਣੀ ਕੋਠੀ ਬੁਲਾਇਆ ਤੇ ਉੱਥੇ ਸਾਨੂੰ ਹੁਕਮ ਕੀਤਾ ਵੀ ਇਹ ਮਾਫ਼ ਕਰੋ ਇਹਨਾਂ ਨੂੰ ਉਹ ਵੀ ਸ਼ਾਇਮਾ ਹੀ ਜੋ ਹੋ ਗਏ ਪਿੱਛੋਂ ਆ ਗਏ ਅੱਛਾ ਹੋਰ ਸੁਣੋ ਜੀ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਬਾਦਲ ਸਾਹਿਬ ਕਹਿੰਦੇ ਆ ਵੀ ਇਹ ਝੂਠ ਬੋਲਦੇ ਨੇ ਤੇ ਗੁਰਮੁਖ ਸਿੰਘ ਕਹਿੰਦੇ ਇਹ ਝੂਠ ਬੋਲਦੇ ਨੇ ਜੇ ਗੁਰਮੁਖ ਸਿੰਘ ਝੂਠ ਬੋਲਦੇ ਨੇ ਤਾਂ ਉਹਨਾਂ ਨੂੰ ਹੈੱਡ ਗ੍ਰੰਥੀ ਕਿਉਂ ਲਾਇਆ ਗਿਆ ਹਰਿਮੰਦਰ ਸਾਹਿਬ ਦਾ ਤਾਂ ਦੋਨੋਂ ਆਪਸ ਵਿੱਚ ਦੱਸ ਦੇਣ ਝੂਠਾ ਕੌਣ ਆ ਸੱਚਾ ਕੌਣ ਆ ਸੋ ਕਹਿਣ ਦਾ ਭਾਵ ਮੇਰਾ ਇਹ ਹੈ ਇਹ ਸਾਰੇ ਹੀ ਇਸ ਬਾਦਲ ਪਰਿਵਾਰ ਖਾਸ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਅਦਬੀ ਦਾ ਜ਼ਿੰਮੇਵਾਰ ਹੈ ਜਿਹਦੇ ਵਿੱਚ ਇਹਨਾਂ ਦੀਆਂ ਆਪਣੇ ਇੰਟਰਸਟ ਵੋਟਾਂ ਲੈਣਾ ਜ਼ਿੰਮੇਵਾਰ ਹੈ ਜੀ ਜੀ ਜਤੀਵਾਲ ਸਾਹਿਬ ਆਪਾਂ ਇੱਕ ਵਕਫਾ ਲੈਣਾ ਵਕਫੇ ਤੋਂ ਬਾਅਦ ਫਿਰ ਆਪਦਾ ਇਸ ਪ੍ਰੋਗਰਾਮ ਵਿੱਚ ਸਵਾਗਤ ਰਹੇਗਾ ਅਕਾਲ ਚੈਨਲ ਦੇ ਸਤਿਕਾਰਤ ਦਰਸ਼ਕਾਂ ਦਾ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ ਹੈ ਅਤੇ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਮੌਜੂਦਾ ਮਹਿਮਾਨ ਵੇਰਕਾ ਤੋਂ ਉੱਚ ਅਧਿਕਾਰੀ ਦੇ ਤੌਰ 'ਤੇ ਰਿਟਾਇਰ ਹੋਏ ਸਿੱਖ ਬੁੱਧੀਜੀਵੀ ਫਲਸਫੇ ਦੇ ਨਾਲ ਵਾਵਾਸਤਾ ਬੜੀ ਕਮਾਲ ਦੀ ਸ਼ਖਸੀਅਤ ਅੱਜ ਆਪਣੇ ਨਾਲ ਸ਼ਾਮਿਲ ਨੇ ਸਾਹਿਬ ਬਲਵਿੰਦਰ ਸਿੰਘ ਜਾਤੀਵਾਲ ਸਾਹਿਬ ਸਵਾਗਤ ਹੈ ਆਪ ਜੀ ਦਾ ਗੁਰਫਤਿਹ ਅਤੇ ਆਪਣੇ ਦੂਸਰੇ ਮੌਜੂਦ ਮਹਿਮਾਨ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਸੀਨੀਅਰ ਪੱਤਰਕਾਰ ਲੇਖਕ ਆਲੋਚਕ ਸਾਗਰਨਾਮ ਸਿੰਘ ਅਕੀਦਾ ਸਾਹਿਬ ਪੁਆਧੜਾ ਸਵਾਗਤ ਹੈ ਅਕੀਦਾ ਸਾਹਿਬ ਪੁਆਧੀ ਖਿੱਤੇ ਦੀ ਨੁਮਾਇੰਦਗੀ ਕਰਦੇ ਨੇ ਇਹ ਸੋ ਅਕੀਦਾ ਸਾਹਿਬ ਕੀ ਵੇਖਦੇ ਹੋ ਕਿ ਇਸ ਸਿੱਟ ਦੇ ਮੁਖੀ ਦੇ ਤਬਾਦਲੇ ਨੂੰ ਜਿਸ ਤਰ੍ਹਾਂ ਹੁਣ ਚੋਣ ਕਮਿਸ਼ਨ ਕੋਲ ਕਾਂਗਰਸ ਗਈ ਹੈ ਪਹਿਲਾਂ ਵੀ ਗਈ ਸੀ ਆਪ ਪਾਰਟੀ ਕਹਿ ਰਹੀ ਹੈ ਕਿ ਇਹ ਦੋਨੇ ਮਿਲੇ ਹੋਏ ਨੇ ਕਾਂਗਰਸ ਵੀ ਅਤੇ ਇਹ ਵੀ ਤੁਹਾਨੂੰ ਕੀ ਲੱਗਦਾ ਕਿ ਇਹਦੇ 'ਚ ਮੁੱਖ ਸ਼ਰਾਰਤ ਕਿਹਦੀ ਹੈ ਅਤੇ ਇਹਦਾ ਫਾਇਦਾ ਅਤੇ ਨੁਕਸਾਨ ਸਿਆਸੀ ਤੌਰ 'ਤੇ ਵੋਟਾਂ 'ਚ ਕਿਸ ਪਾਰਟੀ ਨੂੰ ਮਿਲਣਾ ਅਕਾਲੀ ਵੀ ਖੁਸ਼ ਨੇ ਕਿ ਆਪਾਂ ਤਾਂ ਪੁਲਿਸ ਵਾਲਿਆਂ ਦੀ ਬਦਲੀ ਕਰਾ ਦਿੰਦੇ ਹਾਂ ਬਾਕੀ ਪੁਲਿਸ ਵਾਲੇ ਵੀ ਠਠੰਬਰ ਗਏ ਇਸ ਬਦਲੀ ਤੋਂ ਬਾਅਦ ਕੀ ਅਕਾਲੀ ਦਲ ਦਾ ਡੈਮੇਜ ਕੰਟਰੋਲ ਹੋ ਗਿਆ ਉਹ ਆਪਣੇ ਮਿਸ਼ਨ 'ਚ ਸਫਲ ਹੋ ਰਹੇ ਨੇ ਕਿੱਥੇ ਖੜੀ ਕਹਾਣੀ ਜੀ ਨਹੀਂ ਪਹਿਲੀ ਗੱਲ ਤਾਂ ਤੁਸੀਂ ਕਿਹਾ ਵੀ ਇਹ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਨੇ ਵੀ ਇਹ ਜਿਹੜੇ ਕਾਂਗਰਸ ਅਤੇ ਅਕਾਲੀ ਮਿਲੇ ਹੋਏ ਨੇ ਕਾਂਗਰਸ ਅਤੇ ਅਕਾਲੀ ਮਿਲੇ ਹੋਏ ਨੇ ਕੱਲ੍ਹ ਦਾ ਟਵੀਟ ਕੀਤਾ ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ ਉਹਦੇ ਵਿੱਚ ਇਹਨੇ ਕਿਹਾ ਵੀ ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਦਲਾਉਣਾ ਜ਼ਰੂਰੀ ਸੀਗਾ ਇਸ ਕਰਕੇ ਬਦਲਿਆ ਗਿਆ ਅਤੇ ਚੋਣ ਕਮਿਸ਼ਨ ਦਾ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਟਵੀਟ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ
ਵੀ ਉਹਨੇ ਕਿਹਾ ਵੀ ਆਪਣਾ ਜਿਹੜਾ ਇਹ ਬੜਾ ਵੱਡਾ ਖਤਰਾ ਹੈਗਾ ਚੋਣ ਕਮਿਸ਼ਨ ਨੂੰ ਇਹ ਦੁਬਾਰਾ ਦੇਖਣਾ ਚਾਹੀਦਾ ਦੁਬਾਰਾ ਵਿਚਾਰਨਾ ਚਾਹੀਦਾ ਫਿਰ ਟਵੀਟ ਕੀਤਾ ਸੁਖਬੀਰ ਬਾਦਲ ਨੇ ਫਿਰ ਅਮਰਿੰਦਰ ਨੇ ਕੀਤਾ ਫਿਰ ਸੁਖਬੀਰ ਨੇ ਕੀਤਾ ਫਿਰ ਅਮਰਿੰਦਰ ਨੇ ਕੀਤਾ ਸ਼ਾਮ ਤੱਕ ਗੱਲ ਚੱਲਦੀ ਰਹੀ ਪਹਿਲੀ ਵਾਰੀ ਟਵੀਟੋ ਟਵੀਟ ਹੋਇਆ ਇਹ ਟਵੀਟ ਮਤਲਬ ਕਿ ਇਸ ਤਰ੍ਹਾਂ ਦਾ ਕੰਮ ਹੈਗਾ ਬਈ ਤੁਸੀਂ ਟਵਾਣਾ ਸਾਹਿਬ ਸੋਚਿਓ ਇਲੈਕਸ਼ਨ ਕਮਿਸ਼ਨ ਤੱਕ ਟਵੀਟ ਕਰਨ ਦੀ ਲੋੜ ਤਾਂ ਉਹਨਾਂ ਨੇ ਆਪਣੇ ਦਰਸ਼ਕਾਂ ਨੂੰ ਬਈ ਇਹ ਕਿੱਧਰ ਨੂੰ ਜਾ ਰਹੀ ਹੈ ਲੋਕਾਂ ਦੇ ਵਿੱਚ ਜੱਟ ਜੱਟਾਂ ਦੇ ਸਾਲੇ ਵਿੱਚ ਕਰਦੇ ਘਾਲੇ ਮਾਲੇ ਅਗਲੀ ਗੱਲ ਹੈਗੀ ਆ ਤੁਸੀਂ ਕਿਹਾ ਵੀ ਵੋਟਾਂ ਦਾ ਕੀ ਅਸਰ ਪ੍ਰਭਾਵ ਪਵੇਗਾ ਮੈਂ ਪਹਿਲਾਂ ਵੀ ਕਹੀ ਆ ਪੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠ ਚੁੱਕ ਲੈ ਦੂਜੀ ਤਿਆਰ ਮਤਲਬ ਕਿ ਉਹ ਸੁਖਬੀਰ ਬਾਦਲ ਇਸ ਗੱਲ ਨੂੰ ਲੈ ਕੇ ਕਾਫੀ ਖੁਸ਼ੀ ਮਹਿਸੂਸ ਕਰ ਰਹੇ ਨੇ ਵੀ ਚੰਗਾ ਹੋ ਗਿਆ ਇਲੈਕਸ਼ਨ ਕਮਿਸ਼ਨ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਦਲਤਾ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਹੀਰੋ ਬਣ ਕੇ ਉੱਭਰ ਗਿਆ ਇਸ ਮਾਮਲੇ ਵਿੱਚ ਸੁਖਬੀਰ ਬਾਦਲ ਵੀ ਆਪਣੇ ਆਪ ਨੂੰ ਹੀਰੋ ਸਮਝ ਰਿਹਾ ਪਰ ਉਹ ਹੀਰੋ ਨਹੀਂ ਬਚ ਗਏ ਹੁਣ ਜੇ ਰਾਮ ਰਹੀਮ ਨਾਲ ਵਿਜੇ ਪ੍ਰਤਾਪ ਦੀ ਮੀਟਿੰਗ ਹੋ ਜਾਂਦੀ ਕੋਈ ਬਿਆਨ ਬਾਹਰ ਆ ਜਾਂਦਾ ਤੇ ਅਕਾਲੀ ਤੇ ਰਗੜੇ ਗਏ ਸੀ ਨਹੀਂ ਸੁਖਬੀਰ ਬਾਦਲ ਨਹੀਂ ਬਚ ਸਕਦਾ ਇਸ ਮੁੱਦੇ ਉੱਤੇ ਬੜੇ ਵੱਡੇ ਪੱਧਰ ਤੇ ਸਬੂਤ ਨਹੀਂ ਉਹ ਸਾਰਾ ਪ੍ਰੋਸੈਸ ਜਿਵੇਂ ਉਹਨਾਂ ਨੇ ਦੁਬਾਰਾ ਜਾਣਾ ਸੀ ਰਾਮ ਰਹੀਮ ਕੋਲ ਟਲ ਗਿਆ ਕੁੰਵਰ ਵਿਜੇ ਪ੍ਰਤਾਪ ਸਿੰਘ ਮੁੜ ਕੇ ਫੇਰ ਆਵੇਗਾ ਜੀ ਸੱਟ ਦੇ ਵਿੱਚ ਹੁਣੀ ਆ ਜਾਣਾ ਪਰ ਵਕਤੀ ਤੌਰ ਤੇ ਵੋਟਾਂ ਲੰਘ ਗਈਆਂ ਵਕਤੀ ਤੌਰ ਤੇ ਉਹਨੇ ਪਹਿਲਾਂ ਹੀ ਆ ਜਾਣਾ ਉਹਨੇ ਇਲੈਕਸ਼ਨ ਕਮਿਸ਼ਨ ਨੂੰ ਭਾਰਤ ਸਰਕਾਰ ਦੇ ਇਲੈਕਸ਼ਨ ਕਮਿਸ਼ਨ ਨੂੰ ਉਹਦਾ ਆਪਣਾ ਸੰਗਿਆਨ ਲੈਣਾ ਪੈਣਾ ਲੋਕਾਂ ਦਾ ਲੋਕ ਵਿਰੋਧੀ ਹੋ ਗਏ ਲੋਕਤੰਤਰ ਦੀ ਚੋਣਾਂ ਹੋ ਰਹੀਆਂ ਨਾ ਕਿ ਆਪਣਾ ਇਲੈਕਸ਼ਨ ਕਮਿਸ਼ਨ ਚੋਣਾਂ ਹੋ ਰਹੀਆਂ ਇਹ ਚੋਣਾਂ ਲੋਕਤੰਤਰ ਦੀਆਂ ਨੇ ਲੋਕ ਇਲੈਕਸ਼ਨ ਕਮਿਸ਼ਨ ਨੂੰ ਆਪਣਾ ਵਾਪਸ ਲੈਣਾ ਪੈਣਾ ਫੈਸਲਾ ਇਹ ਮੈਨੂੰ ਲੱਗਦਾ ਉਹ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਜਿਹੜੇ ਕੰਮ ਕਰ ਰਿਹਾ ਉਹ ਲੱਗਦਾ ਵੀ ਮੈਂ ਇੱਥੇ ਨਿਬੜ ਗਿਆ ਮੈਂ ਹੁਣ ਠੀਕ ਹੋ ਗਿਆ ਪਰ ਲੋਕਾਂ ਦੇ ਵਿੱਚ ਜਿਹੜੀ ਮੀਡੀਆ ਦੇ ਵਿੱਚ ਜੋ ਵਿਰੋਧਤਾ ਹੋਈ ਆ ਸੁਖਬੀਰ ਬਾਦਲ ਦੀ ਕੱਲ੍ਹ ਤੋਂ ਚੱਲ ਰਹੀ ਆ ਜੋ ਅਖਬਾਰਾਂ ਵਿੱਚ ਛਪਿਆ ਸੁਖਬੀਰ ਬਾਦਲ ਦੇ ਖਿਲਾਫ ਜੋ ਕੁਛ ਉਹਨਾਂ ਨੇ ਧਰਨੇ ਮੁਜ਼ਾਹਰੇ ਕੀਤੇ ਹੈਗੇ ਆ ਉਹ ਜਿਹੜਾ ਹੈਗਾ ਸੁਖਬੀਰ ਬਾਦਲ ਦੀ ਮਿੱਟੀ ਪੁੱਟਣ ਵਾਸਤੇ ਉਹਨੂੰ ਕਿਚੜ ਵਿੱਚ ਸੁੱਟਣ ਵਾਸਤੇ ਬਹੁਤ ਵੱਡਾ ਕੰਮ ਕੀਤਾ ਉਸਨੇ ਇਸ ਕਰਕੇ ਵੋਟ ਬੈਂਕ ਦੇ ਵਿੱਚ ਸੁਖਬੀਰ ਬਾਦਲ ਦਾ ਬਹੁਤ ਵੱਡਾ ਫਰਕ ਪੈਣਾ ਮੈਨੂੰ ਲੱਗਦਾ ਸੀਗਾ ਪਹਿਲਾਂ ਵੀ ਹਰਸਿਮਰਤ ਕੌਰ ਬਾਦਲ ਬਠਿੰਡੇ ਤੋਂ ਸਰ ਇਸ ਵਾਰੀ ਸੀਟ ਲੈ ਜਾਵੇ ਹਰਸਿਮਰਤ ਕੌਰ ਬਾਦਲ ਨੇ ਤਾਂ ਬਾਬਾ ਸੁਖਬੀਰ ਸਿੰਘ ਬਾਦਲ ਆਪਣਾ ਪ੍ਰਕਾਸ਼ ਸਿੰਘ ਬਾਦਲ ਵੋਟਾਂ ਦੇ ਖੜ ਜਾਏਗਾ ਉੱਥੇ ਬਠਿੰਡਿਓਂ ਸਰ ਬਠਿੰਡੇ ਬਾਬਾ ਬਾਦਲ ਲੈ ਜਾਵੇ ਵੋਟ ਸੀਟ ਲੈ ਜਾਵੇ ਪਰ ਇਸ ਕੁੰਵਰ ਵਿਜੇ ਪ੍ਰਤਾਪ ਸਿੰਘ ਤਬਾਦਲੇ ਤੋਂ ਬਾਅਦ ਇੰਝ ਲੱਗਦਾ ਵੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੀ ਸੀਟ ਨਹੀਂ ਆਉਂਦੀ ਇਹ ਇੱਜ ਮਹਿਸੂਸ ਹੋ ਰਿਹਾ ਕਿਉਂਕਿ ਲੋਕਾਂ ਦੇ ਵਿੱਚ ਵਿਰੋਧਤਾ ਬੜੀ ਵੱਡੀ ਹੈਗੀ ਆ ਜਗੀਰ ਕੌਰ ਦੀ ਬਹੁਤ ਵੱਡੀ ਵਿਰੋਧਤਾ ਹੈਗੀ ਆ ਠੀਕ ਹੈ ਨਾ ਇੱਥੇ ਜਿਹੜੇ ਬੰਦੇ MLA ਜਿੱਤੇ ਸੀ MP ਉਹ ਛੱਡ ਕੇ ਚਲੇ ਆਪਣਾ ਅਕਾਲੀ ਦਲ ਨੂੰ ਬ੍ਰਹਮਪੁਰੇ ਹੁਣੇ ਅਲੱਗ ਹੋ ਗਏ ਤੇ ਇੱਥੇ ਪਟਿਆਲੇ ਦੇ ਵਿੱਚ ਸੁਰਜੀਤ ਸਿੰਘ ਰੱਖੜਾ ਖੜਿਆ ਉਹਨੂੰ ਵਿਚਾਰਨ ਨੂੰ ਬੜਾ ਔਖਾ ਹੋ ਰਿਹਾ ਜਾਣਾ ਤੇ ਉੱਥੇ ਪਰਮਿੰਦਰ ਢੀਂਡਸਾ ਹੈਗਾ ਉਹਦੀ ਗੱਲ ਨਹੀਂ ਕਰ ਰਹੇ ਕੋਈ ਉਹਦਾ ਬਾਪ ਵੀ ਨੂੰ ਉਹਦੇ ਨਾਲ ਖੜਾ ਹੈਗਾ ਉਹਦਾ ਬਾਪ ਵੀ ਦੂਰ ਹੋ ਗਿਆ ਸੋ ਮੇਰਾ ਕਹਿਣ ਦਾ ਮਕਸਦ ਇਹ ਆ ਵੀ ਇਹ ਬੇਅਦਬੀ ਦੇ ਮਾਮਲੇ ਦੀਆਂ ਘਟਨਾਵਾਂ ਤਾਂ ਹੈਗੀਆਂ ਨੇ ਇਹਦੇ ਅੰਦਰਲੀ ਫੁੱਟ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਹੈਗੀ ਆ ਉਹ ਵੀ ਨੁਕਸਾਨ ਕਰ ਰਹੀ ਹੈ ਬਿਲਕੁਲ ਜਿਸ ਤਰ੍ਹਾਂ ਇਹ ਕੱਚਾ ਚਿੱਠਾ ਸਾਹਮਣੇ ਆਇਆ ਜੇ ਇਸ ਦਸਤਾਵੇਜ਼ ਨੂੰ ਇੱਕ ਵਾਰੀ ਕਿਉਂਕਿ ਸਾਡੀ ਪੰਜਾਬੀਆਂ ਦੀ ਬਦਕਿਸਮਤੀ ਹੈ ਕਿ ਅਸੀਂ ਸ਼ਬਦ ਗੁਰੂ ਦੇ ਵਾਰਿਸ ਹਾਂ ਪਰ ਸ਼ਬਦਾਂ ਵੱਲ ਕੰਡ ਕਰੀ ਬੈਠੇ ਹਾਂ ਐਵੇਂ ਸ਼ਬਦਾਂ ਵਾਲਾਂ ਕਰਕੇ ਪਿੱਠ ਖਲੋ ਸ਼ਬਦਾਂ ਵਿੱਚ ਹੀ ਸੱਚ ਹੈ ਅਤੇ ਸ਼ਬਦਾਂ ਵਿੱਚ ਹੀ ਲੋਹ ਪਰ ਸ਼ਬਦ ਲੋਪ ਹੋ ਰਹੇ ਨੇ ਛੁੱਪ ਰਹੇ ਨੇ ਪੜ੍ਹਨ ਦਾ ਰੁਝਾਨ ਘੱਟ ਰਿਹਾ ਇਹ ਦਸਤਾਵੇਜ਼ ਨੂੰ ਪੜ੍ਹਨ ਤੋਂ ਬਾਅਦ ਸਾਰੀਆਂ ਘਟਨਾਵਾਂ ਇੱਕ ਵਾਰੀ ਫਿਰ ਅੱਖਾਂ ਦੇ ਅੱਗੇ ਘੁੰਮ ਜਾਂਦੀਆਂ ਨੇ ਲੂੰਹ ਕੰਡੇ ਖੜ੍ਹ ਜਾਂਦੇ ਨੇ ਪਰ ਪੜ੍ਹਨ ਆਏ ਵੀ ਨਹੀਂ ਜਾਤੀਵਾਲ ਸਾਹਿਬ ਤੁਸੀਂ ਆਪਣੇ ਕੋਲੋਂ ਮਾਇਆ ਖਰਚ ਕੀਤੀ ਹੈ ਲੋਕਾਂ ਨੂੰ ਵੰਡ ਰਹੇ ਹੋ ਇੰਨਾ ਅੱਛਾ ਗ੍ਰਾਫਿਕਸ ਇਹਦੇ ਵਿੱਚ ਸਾਰਾ ਕੁਛ ਡਿਟੇਲ ਹੈ ਲੱਗਦਾ ਪੜ੍ਹਨਗੇ ਨਹੀਂ ਲੋਕ ਮੈਨੂੰ ਉਮੀਦ ਹੈ ਸ਼ਾਇਦ ਦੁਬਾਰਾ ਇਹ ਭਾਵਨਾਵਾਂ ਜਾਗ ਸਕਣ ਉਹਦਾ ਕਾਰਨ ਇਹ ਹੈ ਜਿਵੇਂ ਕੀਦਾ ਸਾਹਿਬ ਨੇ ਕਿਹਾ ਪਹਿਲਾਂ ਇੱਕ ਬਹੁਤ ਧੂੰਆਂਧਾਰ ਪ੍ਰਚਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਥੋੜ੍ਹਾ ਜਿਹਾ ਮੱਠਾ ਪਾ ਦਿੱਤਾ ਸੀ ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਬਦਲੀ ਦੇ ਨਾਲ ਉਹਨਾਂ ਨੂੰ ਸਿੱਟ ਤੋਂ ਬਦਲੀ ਦੇ ਹੋਣ ਨਾਲ ਇਹ ਮੁੱਦਾ ਹੋਰ ਉੱਭਰ ਗਿਆ ਅਤੇ ਇਸ ਉਭਾਰ ਨਾਲ ਇਹ ਮੁੱਦੇ ਨੇ ਉੱਭਰ ਕੇ ਅਕਾਲੀ ਦਲ ਦਾ ਵੋਟ ਪੱਖੋਂ ਬਹੁਤ ਜ਼ਿਆਦਾ ਨੁਕਸਾਨ ਕਰਨਾ ਜੇ ਇਹਨਾਂ ਨੇ ਵੋਟਾਂ ਕਰਕੇ ਕੀਤਾ ਹੀ ਹੈ ਅਤੇ ਲੱਗਦਾ ਵੀ ਜੇ ਸਿੱਖ ਚਿੰਤਕ ਸਿੱਖ ਨੂੰ ਸਿੱਖੀ ਨੂੰ ਪਿਆਰ ਕਰਨ ਵਾਲੇ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕ ਇਸ ਦਾ ਜ਼ਰੂਰ ਨੋਟਿਸ ਲੈਣਗੇ ਅਤੇ ਸਹੀ ਸਿੱਟੇ 'ਤੇ ਪਹੁੰਚਣਗੇ ਕਿਉਂਕਿ ਇਹ ਜਿਹੜਾ ਦਸਤਾਵੇਜ਼ ਹੈ ਬਹੁਤ ਹੀ ਮਿਹਨਤ ਨਾਲ ਬਹੁਤ ਹੀ ਸਾਰੀ ਇਹਦੀ ਛਾਣਬੀਣ ਕਰਕੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੜ੍ਹ ਕੇ ਜਸਟਿਸ ਮਾਰਕੁੰਡੇ ਦੀ ਰਿਪੋਰਟ ਪੜ੍ਹ ਕੇ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਪੜ੍ਹ ਕੇ
ਤੇ ਹੋਰ ਸਾਰੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਕੇ ਤਿਆਰ ਕੀਤਾ ਗਿਆ। ਇਹਦੇ ਵਿੱਚ ਕੋਈ ਵੀ ਸ਼ੰਕਾ ਨਹੀਂ ਹੈ। ਅਤੇ ਇੱਥੋਂ ਤੱਕ ਉਹਨਾਂ ਨੇ ਕਿਹਾ ਵੀ ਜੇ ਕਿਸੇ ਨੂੰ ਅਕਾਲੀ ਦਲ ਬਾਦਲ ਨੂੰ ਉਹ ਚਾਹੁੰਦੇ ਆ, ਕਹਿੰਦੇ ਆ ਵੀ ਇਹ 'ਚ ਕੁਝ ਗਲਤ ਆ, ਉਹ ਸਾਡੇ ਨਾਲ ਕਦੇ ਵੀ ਕਿੱਥੇ ਵੀ ਈਵਨ ਬਠਿੰਡੇ ਵੀ ਸਾਡੇ ਨਾਲ ਆ ਕੇ ਉਹ ਬਹਿਸ ਕਰ ਸਕਦੇ ਆ, ਵਿਚਾਰ ਕਰ ਸਕਦੇ ਆ ਜੀ। ਅਕੀਦਾ ਸਾਹਿਬ, ਇਸ ਦੇ ਨਾਲ ਨਾਲ ਜੇ ਅਗਲੀ ਗੱਲ ਕਰੀਏ, ਜਿਹੜੇ ਹੋਰ ਸਿਆਸੀ ਮਸਲੇ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਰਹੇ ਨੇ, ਕਰਤਾਰਪੁਰ ਕੋਰੀਡੋਰ ਦੇ ਮਾਮਲੇ 'ਚ ਪਾਕਿਸਤਾਨ ਦੀ ਕਮੇਟੀ ਸੀ ਜਿਹੜੀ, ਉਹਦੇ ਵਿੱਚ ਗੋਪਾਲ ਸਿੰਘ ਚਾਵਲਾ ਨੂੰ ਸ਼ਾਮਲ ਕਰਨ ਦਾ ਵਿਰੋਧ ਕੀਤਾ ਗਿਆ। ਭਾਰਤ ਸਰਕਾਰ ਨੇ ਕਿ ਖਾਲਿਸਤਾਨੀ ਮੂਵਮੈਂਟ ਨਾਲ ਵਾਵਸਤਾ, ਅਸੀਂ ਇਸ ਨੂੰ ਮੀਟਿੰਗ ਦੇ ਵਿੱਚ ਨਹੀਂ ਲਵਾਂਗੇ, ਉਸ ਮੀਟਿੰਗ 'ਚ ਨਹੀਂ ਆਵਾਂਗੇ, ਜਾਣੀ ਕਿ ਮੀਟਿੰਗ ਰੱਦ ਕਰ ਦਿੱਤੀ ਸੀ। ਪਰ ਹੁਣ 16 ਤਰੀਕ ਨੂੰ ਫਿਰ ਤਕਨੀਕੀ ਕਮੇਟੀ ਦੀ ਦੋਨਾਂ ਮੁਲਕਾਂ ਦੀ ਮੀਟਿੰਗ ਹੋ ਰਹੀ ਹੈ, ਉਸ ਮੁਤਲਕ ਕੀ ਲੱਗਦਾ ਕਿ ਕਰਤਾਰਪੁਰ ਕੋਰੀਡੋਰ ਜਾਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਨੇ ਵੀ ਹਾਸ਼ੀ 'ਤੇ ਕਰ ਦਿੱਤਾ ਜਿਸ ਨੇ ਇਸ ਪਾਸੇ ਕੰਮ ਕੀਤਾ ਸੀ, ਕੀ ਤੁਸੀਂ ਵੇਖਦੇ ਹੋ ਇਸ ਦੋਨਾਂ ਮਸਲਿਆਂ ਨੂੰ? ਟਵਾਣਾ ਸਾਹਿਬ, ਅਸਲ ਵਿੱਚ ਗੱਲ ਇਹ ਹੈ ਵੀ ਕੋਰੀਡੋਰ ਜਿਹੜਾ ਬਣਨਾ ਸ਼ੁਰੂ ਕੀਤਾ ਹੋਇਆ ਭਾਰਤ ਵਾਲੇ ਪਾਸੇ ਵਿੱਚ ਕੰਮ ਹੋ ਰਿਹਾ, ਜਿਹੜੀ ਗੋਪਾਲ ਸਿੰਘ ਚਾਵਲੇ ਵਾਲੀ ਕਮੇਟੀ ਸੀ ਉਹ ਰੱਦ ਕਰਤੀ ਪਾਕਿਸਤਾਨ ਨੇ ਜੀ। ਇਹ ਪਾਕਿਸਤਾਨ ਨੇ ਨਵੀਂ ਬਣਾਉਣਗੇ, ਉਹ 16 ਅਪ੍ਰੈਲ ਨੂੰ ਦੀ ਮੀਟਿੰਗ ਹੋਣੀ ਹੈ। ਅਤੇ ਦੂਜੀ ਗੱਲ ਹੈਗੀ ਆ ਨਵਜੋਤ ਸਿੰਘ ਸਿੱਧੂ ਨੂੰ ਹਾਸ਼ੀਏ 'ਤੇ ਕਰਨ ਦੀ, ਨਹੀਂ ਅਸਲ ਵਿੱਚ ਨਵਜੋਤ ਸਿੰਘ ਸਿੱਧੂ ਖੁਦ ਹੀ ਹਾਸ਼ੀਏ 'ਤੇ ਹੋ ਗਏ ਸੀਗੇ, ਕਾਫੀ ਚਰਚਾ ਹੋ ਗਈ ਸੀਗੀ ਅਤੇ ਉਸ ਦੀ, ਅਤੇ ਈਵਨ ਕਿ ਜਿਹੜਾ ਸੋਨੀ ਟੀ ਵੀ 'ਤੇ ਉਹ ਚੱਲ ਰਿਹਾ ਸੀਗਾ, ਉਹਦਾ ਕਪਲ ਵਾਲਾ ਸ਼ੋਅ ਚੱਲ ਰਿਹਾ ਸੀਗਾ, ਉਹਦੇ ਵਿੱਚ ਵੀ ਉਹਨੂੰ ਬਾਹਰ ਕਰਤਾ ਸੀਗਾ। ਲੋਕ ਤਾਂ ਕਹਿੰਦੇ ਨੇ ਵੀ ਨਹੀਂ ਉਹ ਆਪ ਸ਼ਾਇਦ ਨਹੀਂ ਉਹਨੂੰ ਬਾਹਰ ਕਰਤਾ ਸੀਗਾ। ਕਈ ਮੁੱਦੇ ਨਵਜੋਤ ਸਿੱਧੂ ਦੇ ਖਿਲਾਫ਼ ਜਿਹੜੀ ਬੀਜੇਪੀ ਦਾ ਕਲਚਰ ਹੈਗਾ, ਉਹ ਬੀਜੇਪੀ ਦੇ ਜੋ ਝੂਠ ਬੋਲ ਕੇ ਬਿਆਨ ਦੇਣ ਦਾ ਜਿਹੜਾ ਕਿ ਕਲਚਰ ਹੈਗਾ ਨਾ, ਗੋਦੀ ਮੀਡੀਆ ਨੇ ਕਾਫੀ ਕੁਛ ਕੀਤਾ, ਗੋਦੀ ਮੀਡੀਆ ਜਿਹੜਾ ਹੈਗਾ, ਗੋਦੀ ਮੀਡੀਆ ਨੇ ਉਸ ਨੂੰ ਨਵਜੋਤ ਸਿੱਧੂ ਨੂੰ ਹਾਸ਼ੀਏ 'ਤੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਹੁਣ ਫਿਰ ਮੁੜ ਕੇ ਫਿਰ ਉਸ ਜਲੌ 'ਚ ਆ ਗਏ ਆ। ਲੱਗਦਾ ਵੀ ਨਵਜੋਤ ਸਿੱਧੂ ਦੀ ਜਿਹੜੀ ਘਰਵਾਲੀ ਆ ਨਵਜੋਤ ਕੌਰ ਸਿੱਧੂ, ਉਹ ਬਠਿੰਡਿਓਂ ਵੇਖਿਆ ਕਿਤੇ ਚੋਣਾਂ ਲੜਨ ਉਹ, ਕਿਤੇ ਲੱਗਦਾ ਵੀ ਹੁਣ ਉਹ ਮੁੜ ਕੇ ਫਿਰ ਉਸੇ ਘਟਨਾਕ੍ਰਮ ਦੇ ਵਿੱਚ ਆ ਗਏ ਨੇ, ਅਤੇ ਉਹ ਪ੍ਰਚਾਰ ਉਹਨਾਂ ਸ਼ੁਰੂ ਹੋ ਗਿਆ, ਸਟਾਰ ਪ੍ਰਚਾਰਕ ਦੇ ਤੌਰ 'ਤੇ ਉਹ ਆ ਗਏ ਨੇ, ਪਹਿਲਾਂ ਸਟਾਰ ਪ੍ਰਚਾਰਕ ਦੇ ਵਿੱਚੋਂ ਨਾਂ ਕੱਟਿਆ ਗਿਆ ਸੀਗਾ। ਸੋ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕਿ ਡਾਇਲੋਗ ਹੈਗਾ ਬਈ ਅੱਤਵਾਦ ਦਾ ਕੋਈ ਚਿਹਰਾ ਮੋਹਰਾ ਨਹੀਂ ਹੁੰਦਾ, ਅੱਤਵਾਦ ਦਾ ਕੋਈ ਧਰਮ ਜਾਤ ਨਹੀਂ ਹੁੰਦਾ, ਉਸੇ ਗੱਲ 'ਤੇ ਹੀ ਉਹਨੇ ਬਿਆਨ ਦਿਆ ਸੀਗਾ। ਉਹ ਭਾਰਤੀ ਜਿਹੜੇ ਸੰਵੇਦਨਸ਼ੀਲ ਲੋਕ ਹੈਗੇ ਉਹਨਾਂ ਨੇ ਚੰਗਾ ਸਮਝਿਆ ਉਸ ਗੱਲ ਨੂੰ ਵੀ ਨਵਜੋਤ ਸਿੰਘ ਸੱਚ ਕਹਿ ਰਿਹਾ, ਅੱਤਵਾਦ ਦਾ ਕੋਈ ਹੁੰਦੇ ਨਹੀਂ ਚਿਹਰਾ ਮੋਹਰਾ, ਨਾ ਕੋਈ ਉਹਦਾ ਜਾਤ ਧਰਮ ਹੁੰਦਾ, ਠੀਕ ਆ ਇਹ ਤਾਂ ਲੋਕ ਸਮਝਦੇ ਆ ਨਵਜੋਤ ਸਿੱਧੂ ਦੇ ਭਾਵਨਾਵਾਂ ਨੂੰ, ਅਤੇ ਲੋਕਾਂ ਵਿੱਚ ਉਹ ਹੀਰੋ ਹੈਗਾ, ਇਹ ਸੱਚ ਹੈ ਗੱਲ। ਪਰ ਮੀਡੀਆ ਦਾ ਵੀ ਕੋਈ ਜਾਤ ਧਰਮ ਨਹੀਂ ਹੁੰਦਾ, ਹੋਣਾ ਵੀ ਨਹੀਂ ਚਾਹੀਦਾ, ਪਰ ਹੁਣ ਗੋਦੀ ਜਾਤ ਧਰਮ ਪੁੱਛਿਆ ਹੁੰਦਾ ਜੀ ਹੁਣ ਅੱਜ ਕੱਲ੍ਹ ਗੋਦੀ, ਹਾਂ ਬਦਕਿਸਮਤੀ ਹੈ। ਅਤੇ ਇਸ ਕਰਕੇ ਜਿਹੜਾ ਹੁਣ ਗੋਦੀ ਮੀਡੀਆ, ਉਸ ਤੋਂ ਬਾਅਦ ਹੁਣ ਮੋਦੀ ਮੀਡੀਆ ਸਿੱਧਾ ਹੀ ਆ ਗਿਆ, ਮੋਦੀ ਸਾਹਿਬ ਦੀ ਫੋਟੋ ਲੱਗੀ ਹੈ, ਨਮੋ ਟੀ ਵੀ ਚੱਲ ਰਿਹਾ, ਇਹ ਤਾਂ ਕਮਾਲ ਹੀ ਹੋ ਗਈ, ਗੋਦੀ ਤੋਂ ਬਾਅਦ ਮੋਦੀ ਮੀਡੀਆ ਆਪਣਾ ਹੀ ਮੀਡੀਆ ਹੋ ਗਿਆ। ਇਲੈਕਸ਼ਨ ਕਮਿਸ਼ਨ ਦਾ ਨਾ ਇੱਥੇ ਟਵਾਣਾ ਸਾਹਿਬ ਬੜਾ ਖਤਰਨਾਕ ਰੋਲ ਭਾਰਤ ਵਿੱਚ ਚੱਲ ਰਿਹਾ ਹੈ, ਜਿਹੜਾ ਕਿ ਚਿੰਤਾ ਵਿੱਚ ਪਾਉਂਦਾ ਜਿਹੜੇ ਸੰਵੇਦਨਸ਼ੀਲ ਲੋਕ ਹੈਗੇ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਜੀ। ਇੱਕ ਤਾਂ ਇਹਨਾਂ ਨੇ ਹੁਣੀ ਅੱਜ ਆਇਆ ਬਿਆਨ ਕਿ ਪੁਲਵਾਮਾ ਦੇ ਜਿਹੜਾ ਕਿ ਬਾਲਾਕੋਟ ਦਾ ਜੋ ਪੁਲਵਾਮਾ ਸ਼ਹੀਦਾਂ ਦੇ ਨਾਂ 'ਤੇ ਵੋਟਾਂ ਮੰਗੀਆਂ ਮੋਦੀ ਨੇ, ਅਤੇ ਬਾਲਾਕੋਟ ਦਾ ਜਿਹੜਾ ਕਿ ਸਟ੍ਰਾਈਕ ਕੀਤਾ, ਇਹ ਸਟ੍ਰਾਈਕ ਕੀਤਾ ਉਹਨੇ, ਪਹਿਲੇ ਸੈਨਿਕਾਂ ਦੇ ਨਾਂ 'ਤੇ ਵੋਟ ਪਾਓ, ਵੋਟ ਮੰਗੀ ਆ, ਅਤੇ ਪਹਿਲੇ ਭਾਰਤ ਦੇ ਪ੍ਰਧਾਨ ਮੰਤਰੀ ਆ ਜਿਨ੍ਹਾਂ ਨੇ ਸੈਨਾ ਦੇ ਨਾਂ 'ਤੇ ਉੱਪਰ ਸੈਨਾ ਦੇ ਸ਼ਹੀਦ ਦੇ ਨਾਂ 'ਤੇ ਵੋਟ ਮੰਗੀ ਆ, ਮਤਲਬ ਕਿ ਇਹ ਰਿਕਾਰਡ ਟੁੱਟਿਆ ਵੀ ਇਲੈਕਸ਼ਨ ਕਮਿਸ਼ਨ ਇਸ ਮਾਮਲੇ ਵਿੱਚ ਚੁੱਪ ਹੈਗਾ। ਪਤਾ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀ ਛਾਇਆ ਹੈਗਾ ਲੋਕਾਂ ਦੇ ਵਿੱਚ, ਉਹ ਕਹਿੰਦੇ ਗੁਜਰਾਤ ਮਾਡਲ ਦੇਖੋ, ਗੁਜਰਾਤ ਬਹੁਤ ਖੂਬਸੂਰਤ ਬਣ ਗਿਆ, ਕਿਉਂਕਿ ਗੁਜਰਾਤ ਜਿਹੜਾ ਹੈਗਾ ਉਹ ਕਾਰਪੋਰੇਟ ਲੋਕਾਂ ਦੇ ਹਵਾਲੇ ਕੀਤਾ ਹੋਇਆ ਮੋਦੀ ਨੇ, ਕਾਰਪੋਰੇਟ ਲੋਕਾਂ ਨੂੰ ਲੋਨ ਦੇ ਕੇ ਉਹਨਾਂ ਨੇ ਉੱਥੇ ਬਿਲਡਿੰਗਾਂ ਉਸਾਰ ਤੀਆਂ, ਸੜਕਾਂ ਬਣਾ ਤੀਆਂ, ਟੋਲ ਟੈਕਸ ਲਾ ਦਿੱਤੇ ਆ ਵੱਡੇ, ਅਤੇ ਉਹ ਲੋਕ ਕਹਿੰਦੇ ਆ ਵੀ ਗੁਜਰਾਤ ਬਹੁਤ। ਇੱਕ ਹੋਰ ਅਹਿਮ ਗੱਲ, ਪਾਕਿਸਤਾਨ ਦੇ ਵਜ਼ੀਰ ਦਾ ਕਹਿਣਾ ਕਿ 16 ਤੋਂ 20 ਤਰੀਕ ਦੇ ਦਰਮਿਆਨ ਭਾਰਤ ਫਿਰ ਸਾਡੇ 'ਤੇ ਹਮਲਾ ਕਰ ਸਕਦਾ। ਇਹ ਭਾਰਤ ਦੀਆਂ ਵੀ ਰਿਪੋਰਟਸ ਨੇ ਕਿ ਭਾਵੇਂ ਗੋਦੀ ਮੀਡੀਆ ਪ੍ਰਚਾਰ ਕਰੀ ਜਾਂਦਾ ਕਿ ਮੋਦੀ ਜਿੱਤਿਆ ਲਓ, ਪਰ ਅੰਦਰੂਨੀ ਤੌਰ 'ਤੇ ਜੇ ਇਹਨਾਂ ਨੇ ਨਮੋ ਚੈਨਲ ਸ਼ੁਰੂ ਕੀਤਾ ਤਾਂ ਇਹਦਾ ਮਤਲਬ ਇਹ ਹੈ ਕਿ ਬੀਜੇਪੀ ਅੰਦਰੋਂ ਡਰੀ ਹੋਈ ਹੈ। ਇਸੇ ਕਰਕੇ ਇਹਨਾਂ ਨੂੰ ਇਹ ਮਤਲਬ ਝੱਗਾ ਚੱਕਦਿਆਂ, ਢਿੱਡ ਨੰਗਾ ਕਰਦਿਆਂ ਆਪਣਾ ਟੀ ਵੀ ਚਲਾਉਣਾ ਪੈ ਗਿਆ, ਸ਼ਰੇਆਮ ਸਿੱਧਾ ਹੀ, ਕਮਾਲ ਹੀ ਹੋ ਗਈ। ਇਸ ਦੌਰਾਨ ਜਿਹੜਾ ਪਾਕਿਸਤਾਨ ਦਾ ਬਿਆਨ ਆਇਆ ਉਹ UNO ਕੋਲ ਵੀ ਗਏ ਨੇ, ਇਹ ਰਿਪੋਰਟਸ ਪਹਿਲਾਂ ਵੀ ਆ ਰਹੀਆਂ ਸੀ ਕਿ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਫਿਰ ਲੜਾਈ ਹੋ ਸਕਦੀ ਹੈ, ਕੀ ਲੱਗਦਾ ਉਹ ਤੌਖਲਾ ਪਾਕਿਸਤਾਨ ਦਾ ਸਹੀ ਹੈ, ਮੋਦੀ ਸਾਹਿਬ ਗੇਮ ਚਲਾ ਸਕਦੇ ਨੇ? ਇਹ ਬਹੁਤ ਵੱਡਾ ਬਿਆਨ ਆ, ਵਿਸ਼ਵ ਦੇ ਵਿੱਚ ਚਰਚਿਤ ਹੋਣ ਵਾਲਾ ਬਿਆਨ ਆ ਕਿ ਇੱਕ ਦੇਸ਼, ਇੱਕ ਮੁਲਕ ਦੂਜੇ ਗੁਆਂਢੀ ਮੁਲਕ ਵਿੱਚ ਹੋ ਰਹੀਆਂ ਚੋਣਾਂ ਦੌਰਾਨ ਇੱਕ ਬਿਆਨ ਦੇ ਰਿਹਾ ਕਿ ਸਾਡੇ 'ਤੇ ਹਮਲਾ ਹੋ ਸਕਦਾ, ਵੋਟਾਂ ਹੋ ਰਹੀਆਂ, ਚੋਣਾਂ ਹੋ ਰਹੀਆਂ ਨੇ ਉੱਥੇ, ਇਹ ਬੜਾ ਵੱਡਾ ਤੌਖਲਾ ਪੇਸ਼ ਕੀਤਾ ਪਾਕਿਸਤਾਨ ਨੇ, ਅਤੇ ਤੌਖਲੇ ਵਿੱਚ ਸੱਚਾਈ ਵੀ ਹੈਗੀ ਆ, ਕਿਉਂਕਿ ਪੁਲਵਾਮਾ ਨੂੰ ਪੋਲੀਟੀਕਲੀ ਕੈਸ਼ ਕੀਤਾ ਜਾ ਰਿਹਾ, ਇਸ ਕਰਕੇ ਵੱਡਾ ਹਮਲਾ ਕਰਕੇ ਜੇ ਉਹਨੂੰ ਲੱਗਿਆ ਹਾਰਦੇ ਹਾਂ ਤਾਂ ਮਤਲਬ
ਰਾਸ਼ਟਰਪਤੀ ਰਾਜ ਵੀ ਲਾ ਸਕਦੇ ਆ ਚੋਣਾਂ ਦੇ ਵਿੱਚ ਵੀ ਟਵਾਣਾ ਸਾਹਿਬ ਜਿਵੇਂ ਕਿ ਗੁਜਰਾਤ ਦੀਆਂ ਚੋਣਾਂ ਹੋਈਆਂ ਸੀਗੀਆਂ ਉਸ ਵੇਲੇ ਨਰਿੰਦਰ ਮੋਦੀ ਨੇ ਬਿਆਨ ਦਿੱਤਾ ਸੀ ਕਿ ਪਾਕਿਸਤਾਨ ਦਾ ਹੱਥ ਹੈਗਾ ਕਾਂਗਰਸ ਦੇ ਨਾਲ ਮਿਲਿਆ ਹੋਇਆ ਸੋ ਹੁਣ ਪਾਕਿਸਤਾਨ ਹੁਣ ਫਿਰ ਕਰੀ ਜਾਂਦਾ ਨਰਿੰਦਰ ਮੋਦੀ ਜੀ ਇੱਕ ਦੇਸ਼ ਨੂੰ ਮੁਲਕ ਨੂੰ ਐਡੀ ਵੱਡੀ ਗਰੀਮਾ ਵਾਲੀ ਕੁਰਸੀ ਤੇ ਬੈਠਾ ਹੋਇਆ ਇਨਸਾਨ ਮਤਲਬ ਕਿ ਪੂਰੇ ਵਿਸ਼ਵ ਵਿੱਚ ਭਾਰਤ ਦਾ ਇੱਕ ਬਹੁਤ ਵੱਡਾ ਨਾਂ ਹੈਗਾ ਹੋਰ ਤੇ ਹੋਰ ਤੁਸੀਂ ਹਾਂ ਹੋਰ ਤੇ ਹੋਰ ਤੁਸੀਂ ਇਹਨਾਂ ਦਾ ਚੋਣ ਮੈਨੀਫੈਸਟੋ ਵੇਖੋ ਰੁਜ਼ਗਾਰ ਦਾ ਮੁੱਦਾ ਖਤਮ ਹੈ ਸਬਰੀਮਾਲਾ ਮੰਦਰ ਜਿਹੜਾ ਸੁਪਰੀਮ ਕੋਰਟ ਨੇ ਰੁਜ਼ਗਾਰ ਮੁਕਤ ਜਿਹੜਾ ਜਿਹੜਾ ਸੁਪਰੀਮ ਕੋਰਟ ਦੇ ਫੈਸਲਾ ਆਇਆ ਸਬਰੀਮਾਲਾ ਦੇ ਮੰਦਰ ਦੇ ਔਰਤਾਂ ਦੇ ਜਾਣ ਦੇ ਹੱਕ ਦਾ ਕਹਿੰਦੇ ਉਹਨੂੰ ਅਸੀਂ ਖਤਮ ਕਰਾਂਗੇ ਅਤੇ ਇਸ ਤਰ੍ਹਾਂ ਰਾਮ ਮੰਦਰ ਦਾ ਮੁੱਦਾ 370 ਦਾ ਮੁੱਦਾ ਹੁਣ ਕਹਿੰਦੇ ਇੱਕ ਪਾਸੇ ਅਲੀ ਹੈ ਅਤੇ ਸਾਡੇ ਵੱਲ ਹੈ ਜਿਹੜਾ ਬਜਰੰਗ ਬਲੀ ਹੈ ਸਿੱਧਾ ਸਿੱਧਾ ਹਿੰਦੂ ਤਬ ਦਾ ਏਜੰਡਾ ਆਖਰ ਦੇ ਵਿੱਚ ਜਾਤੀਵਾਲ ਸਾਹਿਬ ਇਹ ਧਰਮਾਂ ਮਜ਼ਹਬਾਂ ਦਾ ਜਿਹੜਾ ਸਿਆਸੀਕਰਨ ਹੋ ਰਿਹਾ ਸਿਆਸਤ ਜਿਹੜੀ ਵੋਟਾਂ ਲੈਣ ਦੇ ਵਾਸਤੇ ਧਰਮਾਂ ਦਾ ਮਿਸਯੂਜ਼ ਜੋ ਹਾਲਾਤ ਹੋ ਰਹੇ ਨੇ ਪੰਜਾਬ ਤੋਂ ਲੈ ਕੇ ਪੂਰੇ ਭਾਰਤ ਦੇ ਵਿੱਚ ਇਹਨਾਂ ਨੂੰ ਸੰਖੇਪ 'ਚ ਕਿਵੇਂ ਵੇਖਦੇ ਹੋ ਜਿਹੜੀਆਂ ਰੂਲਿੰਗ ਕਲਾਸਿਸ ਨੇ ਕਾਰਪੋਰੇਟ ਦੇ ਥੱਲੇ ਕੰਮ ਕਰਨ ਵਾਲੀਆਂ ਪਾਰਟੀਆਂ ਨੇ ਖਾਸ ਤੌਰ 'ਤੇ BJP ਐਂਡ ਕਾਂਗਰਸ BJP ਲੋਕਾਂ ਦੀਆਂ ਵੋਟਾਂ ਬਟੋਰਨ ਵਾਸਤੇ ਉਹਨਾਂ ਦੇ ਭਾਵਨਾਤਮਕ ਤੌਰ 'ਤੇ ਉਹਨਾਂ ਨੂੰ ਆਪਣੇ ਨਾਲ ਲਾਉਣ ਵਾਸਤੇ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ ਜੀ ਅਤੇ ਤਾਂ ਕਿ ਜਿਹੜੇ ਆਰਥਿਕ ਮੁੱਦੇ ਨੇ ਬੇਰੁਜ਼ਗਾਰੀ ਹੈ ਭੁੱਖਮਰੀ ਹੈ ਸਿਹਤ ਹੈ ਅਤੇ ਦੂਸਰਾ ਸਿੱਖਿਆ ਹੈ ਜਿਹੜੀਆਂ ਫੰਡਾਮੈਂਟਲ ਰਾਈਟਸ ਨੇ ਲੋਕਾਂ ਦੇ ਉਹਨਾਂ ਨੂੰ ਲੋਕਾਂ ਦਾ ਧਿਆਨ ਦੂਰ ਕਰਨ ਵਾਸਤੇ ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਜੀ ਸੋ ਆਖਰ 'ਚ ਮੈਂ ਬੇਨਤੀ ਕਰਾਂਗਾ ਕਿ ਇਸ ਜਿਹੜਾ ਵਾਈਟ ਪੇਪਰ ਹੈ ਕੱਚਾ ਚਿੱਠਾ ਹੈ ਔਨਲਾਈਨ ਵੀ ਮਿਲ ਸਕਦਾ ਗੀਤਾ ਸਾਹਿਬ ਕੋਲ ਵੀ ਹੈਗਾ ਇਹਦਾ ਲਿੰਕ ਜਾਤੀਵਾਲ ਸਾਹਿਬ ਕੋਲ ਵੀ ਹੈਗਾ ਪੰਥਕ ਅਸੈਂਬਲੀ ਵਾਲਿਆਂ ਤੋਂ ਵੀ ਲਿਆ ਜਾ ਸਕਦਾ ਜ਼ਰੂਰ ਪੜ੍ਹੋ ਕਰੋ ਆਪਣੇ ਮਨ ਦੀ ਪਰ ਪੜ੍ਹਨਾ ਜ਼ਰੂਰ ਚਾਹੀਦਾ ਸ਼ਾਇਦ ਬਹੁਤ ਕੁਛ ਗਿਆਨ ਤੁਹਾਨੂੰ ਇਹਨਾਂ ਘਟਨਾਵਾਂ ਦੇ ਸਿਆਸੀਕਰਨ ਪਿੱਛੇ ਹੋ ਸਕੇ ਸੋ ਸਰ ਗੁਰਨਾਮ ਸਿੰਘ ਗੀਤਾ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਹਿਬ ਬਲਵਿੰਦਰ ਸਿੰਘ ਜਾਤੀਵਾਲ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਿਵਾਣਾ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਸਤਿਕਾਰਤ ਦਰਸ਼ਕਾਂ ਤੋਂ ਇੱਥੇ ਹੀ ਆਗਿਆ ਚਾਹਾਂਗਾ ਧੰਨਵਾਦ ਸਤਿ ਸ਼੍ਰੀ ਅਕਾਲ